ਸਤਿ ਸ਼੍ਰੀ ਅਕਾਲ ਜੀ, ਸਾਡੇ ਚੈਨਲ ਪੰਜਾਬੀ .ke ਦੇ ਉਪਾਅ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ। ਇੱਕ ਹੋਰ ਟੈਰੋ ਕਾਰਡ ਰੀਡਿੰਗ ਲੈ ਕੇ ਅਸੀਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਅੱਜ ਦੀ ਰੀਡਿੰਗ ਵਿੱਚ ਅਸੀਂ ਦੇਖਾਂਗੇ ਕਿ ਸਾਡੀ ਕਿਸਮਤ ਵਿੱਚ ਕੀ ਲਿਖਿਆ ਹੈ। ਸਭ ਨੂੰ ਦੇਖੋ ਉਤਸੁਕਤਾ ਹੁੰਦੀ ਹੈ ਕਿ ਸਾਡੀ ਕਿਸਮਤ ਵਿੱਚ ਐਸਾ ਕੀ ਲਿਖਿਆ ਹੈ ਤੇ ਕੀ ਹੈ ਸਾਡੀ ਡੈਸਟੀਨੀ, ਕੀ ਹੈ ਸਾਡੀ ਕਿਸਮਤ। ਅੱਜ ਦੀ ਰੀਡਿੰਗ ਵਿੱਚ ਉਹੀ ਦੇਖਣ ਵਾਲੇ ਹਾਂ ਕਿ ਐਸਾ ਪਰਮਾਤਮਾ ਨੇ ਕੀ ਲਿਖ ਕੇ ਭੇਜਿਆ ਹੈ ਜੋ ਤੁਹਾਡੀ ਲਾਈਫ ਵਿੱਚ ਹੋ ਕੇ ਹੀ ਰਹੇਗਾ। ਦੂਸਰਾ ਕੀ ਐਡਵਾਈਸ ਆਉਂਦੀ ਹੈ, ਕਿਉਂਕਿ ਦੇਖੋ ਪਰਮਾਤਮਾ ਸਾਡੀ ਕਿਸਮਤ ਜਦੋਂ ਲਿਖਦੇ ਹਨ ਨਾ, ਉਸ ਨੂੰ ਦੋ ਭਾਗਾਂ ਵਿੱਚ ਵੰਡਦੇ ਹਨ। ਇੱਕ ਤਾਂ ਬਾਈ ਡਿਫਾਲਟ ਜੋ ਹੋ ਕੇ ਹੀ ਰਹੇਗਾ, ਜੋ ਕਿ ਅੱਜ ਅਸੀਂ ਆਪਣੀ ਰੀਡਿੰਗ ਵਿੱਚ ਦੇਖਣ ਵਾਲੇ ਹਾਂ। ਦੂਸਰੇ ਨੰਬਰ ਤੇ ਸਾਡੇ ਕਰਮ, ਥੋੜੀ ਜਿਹੀ ਜਗ੍ਹਾ ਛੱਡ ਕੇ ਜਦੋਂ ਪਰਮਾਤਮਾ ਸਾਨੂੰ ਨੀਚੇ ਭੇਜਦੇ ਹਨ ਧਰਤੀ ਤੇ, ਤਾਂ ਕਰਮ ਕਿ ਥੱਲੇ ਜਾ ਕੇ ਤੁਸੀਂ ਜਿਸ ਤਰ੍ਹਾਂ ਦੇ ਕਰਮ ਕਰੋਗੇ ਉਸ ਤਰ੍ਹਾਂ ਦਾ ਤੁਹਾਨੂੰ ਫਲ ਮਿਲੇਗਾ। ਤੇ ਪਰਮਾਤਮਾ ਕੀ ਚਾਹੁੰਦੇ ਹਨ ਕਿ ਅਸੀਂ ਕਿਹੋ ਜਿਹੇ ਕਰਮ ਕਰੀਏ, ਕਿਸ ਤਰ੍ਹਾਂ ਦੀ ਗਾਈਡੈਂਸ, ਕਿਸ ਤਰ੍ਹਾਂ ਦੀ ਐਡਵਾਈਸ ਤੁਹਾਡੇ ਵਾਸਤੇ ਆਏਗੀ, ਇਹ ਸਭ ਅਸੀਂ ਅੱਜ ਦੀ ਰੀਡਿੰਗ ਵਿੱਚ ਦੇਖਣ ਵਾਲੇ ਹਾਂ। ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਈ ਹਾਂ, ਪਹਿਲੇ ਨੰਬਰ ਤੇ ਹੈ ਸੈਲੇਨਾਈਟ ਸਫੇਅਰ। ਠੀਕ ਹੈ, ਜੇ ਤੁਹਾਨੂੰ ਅਟਰੈਕਟ ਕਰ ਰਿਹਾ ਹੈ, ਤੁਹਾਡੇ ਨਾਲ ਕਨੈਕਟ ਹੋ ਰਿਹਾ ਹੈ, ਤਾਂ ਤੁਸੀਂ ਇਸ ਨੂੰ ਚੁਣ ਸਕਦੇ ਹੋ। ਦੂਸਰੇ ਨੰਬਰ ਤੇ ਹੈ ਰੋਜ਼ ਕੁਆਰਟਜ਼ ਸਫੇਅਰ। ਠੀਕ ਹੈ, ਇਹ ਜੇ ਤੁਹਾਨੂੰ ਕਨੈਕਟ ਕਰਦਾ ਹੈ ਤਾਂ ਇਸ ਨੂੰ ਚੁਣੋ। ਟੋਟਲੀ ਤੁਹਾਡਾ ਇੰਟੂਸ਼ਨ ਹੋਣਾ ਚਾਹੀਦਾ ਹੈ ਦੋਨਾਂ ਵਿੱਚੋਂ ਤੁਹਾਨੂੰ ਜੋ ਕਨੈਕਟ ਕਰ ਰਿਹਾ ਹੈ। ਠੀਕ ਹੈ, ਕਿ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਜਨਰਲ ਰੀਡਿੰਗ ਹੁੰਦੀ ਹੈ, ਹੋ ਸਕਦਾ ਹੈ ਕਿਸੇ ਨਾਲ ਕਨੈਕਟ ਹੋਵੇ, ਕਿਸੇ ਨਾਲ ਰੈਜ਼ੋਨੇਟ ਹੋਵੇ, ਕਿਸੇ ਨਾਲ ਨਾ ਹੋਵੇ, ਤੇ ਇਕਦਮ ਓਪਨ ਮਾਈਂਡ ਨਾਲ ਤੁਸੀਂ ਇਹ ਵੀਡੀਓ ਦੇਖਣੀ ਹੈ। ਦੂਸਰਾ, ਕਨੈਕਟ ਜੇਕਰ ਤੁਸੀਂ ਹੋਣਾ ਹੈ ਨਾ, ਤਾਂ ਕਮੈਂਟ ਜ਼ਰੂਰ ਕਰਕੇ ਕਰਨਾ ਹੈ, ਤਾਂ ਤੁਹਾਡੀ ਐਨਰਜੀਸ ਮੇਰੀ ਐਨਰਜੀਸ ਨਾਲ ਜੁੜਦੀਆਂ ਹਨ। ਤੇ ਚਲੋ ਜੀ, ਫਟਾਫਟ ਸ਼ੁਰੂ ਕਰਦੇ ਹਾਂ। ਅੱਖਾਂ ਬੰਦ ਕਰਕੇ ਤੁਸੀਂ ਸਭ ਤੋਂ ਪਹਿਲੇ ਇਹਨਾਂ ਦੋਨਾਂ ਵਿੱਚੋਂ ਤੁਹਾਨੂੰ ਜੋ ਕਨੈਕਟ ਕਰ ਰਿਹਾ ਹੈ ਸਫੇਅਰ, ਉਸ ਨੂੰ ਚੂਜ਼ ਕਰ ਲਓ। ਓਕੇ, ਤੇ ਚਲੋ ਜੀ ਸ਼ੁਰੂ ਕਰਦੇ ਹਾਂ ਜਿਨ੍ਹਾਂ ਨੇ ਨੰਬਰ 1 ਵਾਲਾ, ਠੀਕ ਹੈ, ਸੈਲੇਨਾਈਟ ਸਫੇਅਰ ਚੁਣਿਆ ਹੈ, ਉਹਨਾਂ ਦੀ ਰੀਡਿੰਗ ਪਹਿਲੇ ਦੇਖ ਲੈਂਦੇ ਹਾਂ। ਸੋ ਪਲੀਜ਼ ਯੂਨੀਵਰਸ ਗਾਈਡਸ ਪਾਇਲ ਨੰਬਰ 1 ਕੀ ਲਿਖਿਆ ਹੈ ਉਹਨਾਂ ਦੀ ਕਿਸਮਤ ਵਿੱਚ। ਓਕੇ, ਦ ਜਜਮੈਂਟ, ਓ ਮਾਈ ਗੋਡ, ਪਾਇਲ ਨੰਬਰ 1 ਮੈਨੂੰ ਨਾ ਇੱਥੇ ਪਤਾ ਕੀ ਸੁਣਾਈ ਦੇ ਰਿਹਾ ਹੈ। ਓਕੇ, ਪਹਿਲੇ ਮੈਂ ਹੋਰ ਵੀ ਕਾਰਡ ਕੱਢ ਲੈਂਦੀ ਹਾਂ, ਫਿਰ ਮੈਂ ਤੁਹਾਨੂੰ ਦੱਸਦੀ ਹਾਂ। ਟੂ ਆਫ ਵਾਂਡਸ, ਠੀਕ ਹੈ ਠੀਕ ਹੈ ਠੀਕ ਹੈ, ਓਕੇ, ਐਂਡ ਡੈਕ, ਠੀਕ ਹੈ, ਦੱਸ ਰਹੀ ਹਾਂ ਮੈਂ ਤੁਹਾਨੂੰ, ਥੋੜ੍ਹਾ ਜਿਹਾ ਵੇਟ ਕਰੋ, ਕਾਰਡਸ ਪੂਰੇ ਆ ਜਾਣ ਤਾਂ ਇਕਦਮ ਕਲੀਅਰ ਹੋ ਜਾਏਗਾ ਪਾਇਲ ਨੰਬਰ 1, ਠੀਕ ਹੈ। ਥ੍ਰੀ ਆਫ ਪੈਂਟੀਕਲਸ, ਪੇਸ ਆਫ ਵਾਂਡਸ, ਵਾਓ, ਬਹੁਤ ਬਿਊਟੀਫੁਲ ਐਨਰਜੀ ਹੈ, ਮੈਂ ਦੱਸਦੀ ਹਾਂ ਤੁਹਾਨੂੰ ਇੱਥੇ, ਠੀਕ ਹੈ। ਦੇਖੋ ਇੱਥੇ ਪਤਾ ਕਿਸ ਤਰ੍ਹਾਂ ਦੀ ਐਨਰਜੀ ਹੈ। ਆਪਸ਼ਨ 1, ਇਹ ਜੋ ਜਨਮ ਹੈ ਨਾ ਤੁਹਾਡਾ, ਠੀਕ ਹੈ, ਬੇਸਿਕਲੀ ਮਤਲਬ ਕਹਿ ਸਕਦੇ ਹੋ ਕਿ ਕਿਸੇ ਚੀਜ਼ ਦਾ ਕੰਕਲੂਜਨ ਨਿਕਾਲਣ ਵਾਸਤੇ ਹੋਇਆ ਹੈ। ਜਿਸ ਤਰ੍ਹਾਂ ਕਿ ਕੋਈ ਇੱਛਾ ਸੀ ਤੁਹਾਡੀ ਜੋ ਪੁਰਾਣੇ ਜਨਮ ਵਿੱਚ, ਪਿਛਲੇ ਜਨਮ ਵਿੱਚ ਅਧੂਰੀ ਰਹਿ ਗਈ ਹੈ ਨਾ, ਮਤਲਬ ਪਿਛਲੇ ਜਨਮ ਵਿੱਚ ਵੀ ਨਾ ਇਹੋ ਜਿਹਾ ਹੀ ਸਾਈਕਲ ਚੱਲਿਆ ਸੀ ਕਿ ਤੁਹਾਨੂੰ ਪੇਨ ਮਿਲਿਆ, ਠੀਕ ਹੈ, ਦੁੱਖ ਮਿਲਿਆ, ਬਹੁਤ ਸਾਰੀ ਪਰੇਸ਼ਾਨੀਆਂ ਸੀ, ਤੁਸੀਂ ਬਹੁਤ ਕੁਝ ਤਿਆਗ ਕੀਤਾ, ਠੀਕ ਹੈ, ਤਪੱਸਿਆ ਕੀਤੀ, ਪਰ ਇਸ ਸਭ ਦੇ ਵਿੱਚ ਨਾ ਕੋਈ ਐਸੀ ਇੱਛਾ ਸੀ ਤੁਹਾਡੀ ਜੋ ਕਿ ਅਧੂਰੀ ਰਹਿ ਗਈ। ਇਸ ਤਰ੍ਹਾਂ ਵੀ ਕਹਿ ਸਕਦੇ ਕਿ ਕੋਈ ਕੰਮ ਸ਼ਾਇਦ ਤੁਸੀਂ ਕਰਨਾ ਸੀ ਜੋ ਕਿ ਰਹਿ ਗਿਆ, ਤੇ ਉਹ ਹੀ ਕੰਮ ਨੂੰ ਪੂਰਾ ਕਰਨ ਵਾਸਤੇ ਤੁਸੀਂ ਹੁਣ ਜਨਮ ਲਿਆ ਹੈ, ਠੀਕ ਹੈ ਨਾ।
ਆਪਸ਼ਨ ਫਸਟ ਮੈਂ ਤੁਹਾਨੂੰ ਇੱਥੇ ਦੱਸ ਦੇਵਾਂ ਕਿ ਤੁਸੀਂ ਲੋਕ ਨਾ ਜੋ ਮੇਰੀ ਵੀਡੀਓ ਦੇਖ ਰਹੇ ਹੋ, ਜਿਨ੍ਹਾਂ ਨੇ ਨੰਬਰ 1 ਚੁਣਿਆ ਹੈ, ਤੁਸੀਂ ਬਹੁਤ ਜ਼ਿਆਦਾ ਇੰਟੂਟਿਵ ਹੋਵੋਗੇ। ਜਿਸ ਤਰ੍ਹਾਂ ਕਿ ਕਹਿਣ ਦਾ ਮਤਲਬ ਇਹ ਹੈ ਕਿ ਤੁਹਾਨੂੰ ਚੀਜ਼ਾਂ ਦਾ ਪਹਿਲੇ ਹੀ ਪਤਾ ਚੱਲ ਜਾਂਦਾ ਹੈ, ਚੀਜ਼ਾਂ ਹੋਣ ਦਾ ਪਹਿਲੇ ਹੀ ਪਤਾ ਚੱਲ ਜਾਂਦਾ ਹੈ। ਤੁਹਾਨੂੰ ਨਾ ਸੁਪਨੇ ਵਿੱਚ ਕੁਝ ਚੀਜ਼ਾਂ ਦਿਖ ਜਾਂਦੀਆਂ ਹਨ, ਮਤਲਬ ਤੁਹਾਨੂੰ ਨਾ ਫੀਲ ਹੋਣ ਲੱਗ ਜਾਂਦੀਆਂ ਕੋਈ ਕੁਝ ਚੀਜ਼ਾਂ। ਬਹੁਤ ਹੀ ਜ਼ਿਆਦਾ ਸੈਂਸਿਟਿਵ ਹੋ ਤੁਸੀਂ। ਜੇਕਰ ਤੁਹਾਨੂੰ ਰੈਜ਼ੋਨੇਟ ਕਨੈਕਟ ਹੋ ਰਿਹਾ ਹੈ ਤਾਂ ਮੈਨੂੰ ਜ਼ਰੂਰ ਕਮੈਂਟ ਕਰਨਾ ਜੀ। ਦੇਖੋ ਇੱਥੇ ਇਸ ਤਰ੍ਹਾਂ ਦੀ ਐਨਰਜੀਜ਼ ਆ ਰਹੀਆਂ ਹਨ ਆਪਸ਼ਨ ਫਸਟ ਕਿ ਕੁਝ ਚੀਜ਼ਾਂ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸ ਰਹੀ ਹਾਂ ਪਿਛਲੇ ਜਨਮ ਵਿੱਚ ਤੁਹਾਡੀਆਂ ਅਧੂਰੀਆਂ ਰਹਿ ਗਈਆਂ ਸੀ, ਜਿਸ ਤਰ੍ਹਾਂ ਕਿ ਸਮਝ ਲਓ ਪਿਆਰ, ਹੈਪੀ ਲਾਈਫ, ਤਾਂ ਉਹਨਾਂ ਚੀਜ਼ਾਂ ਨੂੰ ਪੂਰਾ ਕਰਨ ਵਾਸਤੇ ਤੁਸੀਂ ਆਏ ਹੋ। ਇਸ ਦੇ ਨਾਲ ਨਾਲ ਕੁਝ ਕਰੀਅਰ ਦੇ ਰਿਗਾਰਡਿੰਗ ਜਾਂ ਕੁਝ ਤੁਹਾਡੇ ਪੈਸ਼ਨ ਸੀ ਉਹ ਤੁਹਾਨੂੰ ਕਰਨਾ ਸੀ, ਤੁਸੀਂ ਆਪਣੇ ਤਿਆਗ ਤੇ ਤਪੱਸਿਆ ਦੇ ਨਾਲ ਕੁਝ ਨੌਲੇਜ ਗੇਨ ਕੀਤੀ ਸੀ, ਠੀਕ ਹੈ। ਇਸ ਦੇ ਨਾਲ ਤੁਸੀਂ ਆਪਣੇ ਆਪ ਨੂੰ ਤਾਂ ਹੀਲ ਕਰ ਲਿਆ ਸੀ, ਪਰ ਤੁਹਾਡੀ ਇੱਛਾ ਸੀ ਕਿ ਸੋਸਾਇਟੀ ਵਾਸਤੇ ਮੈਂ ਕੁਝ ਕਰਾਂ, ਠੀਕ ਹੈ, ਉਹਨਾਂ ਨੂੰ ਵੀ ਮੈਂ ਇਹ ਗਿਆਨ ਦੇਵਾਂ, ਨੌਲੇਜ ਦੇਵਾਂ, ਜੋ ਕਿ ਤੁਸੀਂ ਨਹੀਂ ਕਰ ਪਾਏ। ਤਾਂ ਇਹ ਪੂਰਾ ਸਾਈਕਲ ਜੋ ਹੈ ਕੰਪਲੀਟ ਇੱਥੇ ਹੋਏਗਾ, ਠੀਕ ਹੈ, ਕਿਉਂਕਿ ਇੱਥੇ ਮੈਨੂੰ ਕੁਝ ਲੋਕ ਐਸੇ ਨਜ਼ਰ ਆ ਰਹੇ ਹਨ ਪਾਇਲ ਨੰਬਰ 1 ਜੋ ਇੱਕ ਗੁਰੂ ਦੀ ਤਰ੍ਹਾਂ ਹਨ, ਜੋ ਲੋਕਾਂ ਨੂੰ ਸਿਖਾਉਣਾ ਚਾਹੁੰਦੇ ਹਨ, ਮਤਲਬ ਤੁਸੀਂ ਖੁਦ ਹੁਣ ਗੁਰੂ ਬਣ ਕੇ ਦੂਸਰਿਆਂ ਨੂੰ ਸਿਖਾ ਰਹੇ ਹੋ, ਓਕੇ, ਦੂਜਿਆਂ ਨੂੰ ਸਮਝਾ ਰਹੇ ਹੋ। ਹਾਂ, ਪਰ ਇੱਥੇ ਇਹ ਗੱਲ ਵੀ ਹੈ ਕਿ ਇਸ ਜਨਮ ਵਿੱਚ ਵੀ ਥੋੜੀਆ ਟਫ, ਠੀਕ ਹੈ, ਪਰੇਸ਼ਾਨੀਆਂ ਤਾਂ ਤੁਹਾਡੇ ਨਾਲ ਹੁਣ ਵੀ ਚੱਲ ਹੀ ਰਹੀਆਂ ਹਨ। ਇਸ ਜਨਮ ਵਿੱਚ ਵੀ ਨਾ ਤੁਹਾਡਾ ਕਿਸੇ ਨੇ ਦਿਲ ਤੋੜਿਆ ਹੈ, ਧੋਖਾ ਦਿੱਤਾ ਹੈ ਤੁਹਾਨੂੰ ਕਿਸੇ ਨੇ, ਠੀਕ ਹੈ, ਇਹ ਇਸ ਦਰਦ ਤੋਂ ਤੁਸੀਂ ਗੁਜਰੇ ਹੋ, ਠੀਕ ਹੈ, ਮਤਲਬ ਐਂਡਿੰਗ ਤੱਕ ਆਏ ਹੋ ਤੁਸੀਂ ਇਸ ਜਨਮ ਦੇ ਵਿੱਚ ਵੀ। ਬੇਸ਼ੱਕ ਤੁਸੀਂ ਲੈਟ ਗੋ ਕਰ ਦਿੱਤਾ ਹੈ ਇਸ ਸਮੇਂ, ਇਹ ਚੀਜ਼ਾਂ ਨੂੰ ਤੁਸੀਂ ਛੱਡ ਦਿੱਤਾ ਹੈ, ਪਰ ਇਹ ਚੀਜ਼ਾਂ ਨੇ ਇਸ ਜਨਮ ਵਿੱਚ ਵੀ ਤੁਹਾਨੂੰ ਦਰਦ ਦਿੱਤਾ ਹੈ। ਪਾਇਲ ਨੰਬਰ 1 ਮੈਂ ਤੁਹਾਡੇ ਲੋਕਾਂ ਵਾਸਤੇ ਦੇਖ ਰਹੀ ਹਾਂ ਕਿ ਤੁਸੀਂ ਬਹੁਤ ਹੀ ਸਾਫ਼ ਦਿਲ ਦੇ ਹੋ, ਤੁਹਾਡਾ ਦਿਲ ਬਹੁਤ ਵੱਡਾ ਹੈ, ਤੁਸੀਂ ਸਾਹਮਣੇ ਵਾਲੇ ਲੋਕਾਂ ਨੂੰ ਮਾਫ਼ ਕਰਨ ਵਿੱਚ ਮਤਲਬ ਬਹੁਤ ਜਲਦੀ ਮਾਫ਼ ਕਰ ਦਿੰਦੇ ਹੋ, ਜੋ ਲੋਕ ਤੁਹਾਡੇ ਨਾਲ ਗਲਤ ਵੀ ਕਰਦੇ ਹਨ ਨਾ, ਤੁਸੀਂ ਬਹੁਤ ਜਲਦੀ ਉਹਨਾਂ ਨੂੰ ਮਾਫ਼ ਕਰ ਦਿੰਦੇ ਹੋ। ਕਰਮਾਂ ਦੇ ਉੱਤੇ ਤੁਸੀਂ ਬਿਲੀਵ ਕਰਦੇ ਹੋ, ਉੱਤੇ ਕਰਮਾਂ ਦੇ ਉੱਤੇ ਤੁਹਾਡਾ ਵਿਸ਼ਵਾਸ ਹੈ ਕਿ ਮੇਰਾ ਕਰਮ ਮੇਰੇ ਨਾਲ, ਮੈਂ ਚੰਗਾ ਕੀਤਾ ਤਾਂ ਮੇਰਾ ਚੰਗਾ ਹੋਏਗਾ, ਤੇ ਉਹਨਾਂ ਨੇ ਮਾੜਾ ਕੀਤਾ ਤਾਂ ਉਹਨਾਂ ਦੇ ਨਾਲ ਮਾੜਾ ਹੋਏਗਾ, ਇਸ ਤਰ੍ਹਾਂ ਦੀ ਤੁਹਾਡੀ ਸੋਚ ਹੈ। ਜੋ ਲੋਕ ਵੀ ਮੇਰੀ ਵੀਡੀਓ ਇਸ ਸਮੇਂ ਦੇਖ ਰਹੇ ਹਨ ਨਾ ਪਾਇਲ ਨੰਬਰ 1 ਵਾਲੇ, ਉਹ ਜ਼ਰੂਰ ਹੀਲਰ ਹੈ, ਕੁਝ ਨਾ ਕੁਝ ਤੁਸੀਂ ਸਿਖਾ ਰਹੇ ਹੋ ਸਕਦਾ ਹੈ, ਟੈਰੋ ਕਾਰਡ ਰੀਡਿੰਗ ਵੀ ਤੁਸੀਂ ਕਰ ਰਹੇ ਹੋਵੋ, ਠੀਕ ਹੈ, ਇਸ ਤਰ੍ਹਾਂ ਦੇ ਲੋਕ ਵੀ ਮੈਨੂੰ ਦਿਖਾਈ ਦੇ ਰਹੇ ਹਨ, ਕੁਝ ਨਾ ਕੁਝ ਲੋਕਾਂ ਨੂੰ ਸਿਖਾ ਰਹੇ ਹੋ, ਟੀਚਿੰਗ ਕਰ ਰਹੇ ਹੋ, ਇਸ ਤਰ੍ਹਾਂ ਦੇ ਲੋਕ ਤੁਸੀਂ ਹੋ, ਇਸ ਤਰ੍ਹਾਂ ਦੀਆਂ ਐਨਰਜੀਜ਼ ਮੈਨੂੰ ਦਿਖਾਈ ਦੇ ਰਹੀਆਂ ਹਨ। ਸੋ ਕੁਝ ਲੋਕ ਤਾਂ ਇਸ ਚੀਜ਼ ਵਿੱਚ ਆ ਗਏ ਹਨ, ਉਹ ਆਪਣਾ ਕੰਮ ਕਰ ਰਹੇ ਹਨ ਜੋ ਪਾਸਟ ਲਾਈਫ ਵਿੱਚ ਤੁਹਾਡਾ ਅਧੂਰਾ ਰਹਿ ਗਿਆ ਸੀ, ਪਰ ਕੁਝ ਲੋਕ ਨਾ ਹਾਲੇ ਵੀ ਮਜ਼ਦਾਰ ਵਿੱਚ ਫਸੇ ਹਨ, ਉਹਨਾਂ ਨੂੰ ਪਤਾ ਹੈ, ਉਹਨਾਂ ਦੇ ਦਿਮਾਗ ਵਿੱਚ ਆ ਰਿਹਾ ਹੈ, ਉਹਨਾਂ ਨੂੰ ਪਤਾ ਹੈ ਕਿ ਇਹ ਕਰਨਾ ਹੈ, ਪਰ ਕਿਸ ਤਰ੍ਹਾਂ ਕਰਾਂ, ਸ਼ੁਰੂਆਤ ਕਿਸ ਤਰ੍ਹਾਂ ਕਰਾਂ, ਐਸੀ ਮਜ਼ਦਾਰ ਵਿੱਚ ਤੁਸੀਂ ਫਸੇ ਹੋਏ ਹੋ। ਤੁਹਾਡੇ ਵਿੱਚ ਨਾ ਐਸੀ ਕੁਆਲਿਟੀ ਹੈ, ਜੇ ਤੁਸੀਂ ਇਹਦੇ ਨਾਲ ਕਨੈਕਟ ਕਰੋਗੇ, ਰੈਜ਼ੋਨੇਟ ਕਰੋਗੇ ਤਾਂ ਕਮੈਂਟ ਜ਼ਰੂਰ ਕਰਨਾ ਹੈ ਜੀ। ਤੁਹਾਡੇ ਅੰਦਰ ਐਸੀ ਕੁਆਲਿਟੀ ਨਜ਼ਰ ਆ ਰਹੀ ਹੈ ਪਾਇਲ ਨੰਬਰ 1 ਕਿ ਕੋਈ ਇਨਸਾਨ ਪਰੇਸ਼ਾਨ ਹੈ, ਠੀਕ ਹੈ, ਜੋ ਬਹੁਤ ਦੁਖੀ ਹੈ, ਉਹ ਤੁਹਾਡੇ ਕੋਲ ਆਏਗਾ, ਤੁਹਾਡੇ ਨਾਲ ਕੁਝ ਸ਼ੇਅਰ ਕਰੇਗਾ, 10 ਮਿੰਟ ਤੁਹਾਡੇ ਨਾਲ ਗੱਲ ਕਰੇਗਾ ਨਾ, ਤੁਸੀਂ ਉਸਦੀ ਨੈਗੇਟਿਵ ਐਨਰਜੀ ਨੂੰ ਚੇਂਜ ਕਰ ਦੋਗੇ। ਇੰਨਾ ਤੁਹਾਡੇ ਵਿੱਚ ਮਤਲਬ ਗੁਰੂਤਵ ਕਹਿੰਦੇ ਹੈ ਨਾ ਕਿ ਗੁਰੂ ਦੇ ਅੰਦਰ ਐਸੀ ਸ਼ਕਤੀ ਹੁੰਦੀ ਹੈ, ਪਾਵਰ ਹੁੰਦੀ ਹੈ ਕਿ ਉਹ ਨੈਗੇਟਿਵ ਬੰਦੇ ਨੂੰ ਪੋਜ਼ਿਟਿਵ ਕਰ ਦਿੰਦੇ ਹਨ, ਉਹਦੀ ਐਨਰਜੀ ਨੂੰ ਹੀ ਤੁਸੀਂ ਬਦਲ ਸਕਦੇ ਹੋ, ਇਹ ਤੁਹਾਡੇ ਅੰਦਰ ਕੁਆਲਿਟੀ ਹੈ। ਤੁਹਾਡੇ ਨਾ ਆਪਣੇ ਅੰਦਰ ਭਾਵੇਂ ਜਿੰਨੇ ਵੀ ਦੁੱਖ ਹੋਣ, ਤੁਸੀਂ ਦੂਜਿਆਂ ਨੂੰ ਸ਼ੋਅ ਨਹੀਂ ਕਰਦੇ,
ਦੱਸਦੇ ਨਹੀਂ ਹੋ, ਤੁਸੀਂ ਚੈਰਿਟੀ ਦਾਨ ਕਰਨ ਵਿੱਚ ਜ਼ਿਆਦਾ ਵਿਸ਼ਵਾਸ ਰੱਖਦੇ ਹੋ। ਅੱਗੇ ਜਾ ਕੇ ਨਾ ਪਤਾ ਕੀ ਹੋ ਜਾਏਗਾ ਤੁਹਾਡੇ ਨਾਲ, ਪਾਇਲ ਨੰਬਰ 1, ਕਿ ਇੱਕ ਐਸਾ ਸਮਾਂ ਆਏਗਾ ਕਿ ਮਨੀ ਦਾ ਜੋ ਮਾਇਆ ਦਾ ਮੋਹ ਹੁੰਦਾ ਹੈ ਨਾ, ਉਹ ਖਤਮ ਹੋ ਜਾਏਗਾ। ਇਸ ਤਰ੍ਹਾਂ ਦਾ ਮੈਨੂੰ ਦਿਖਾਈ ਦੇ ਰਿਹਾ ਹੈ। ਬਸ ਤੁਹਾਡਾ ਇੰਨਾ ਰਹੇਗਾ ਕਿ ਇੰਨਾ ਮੇਰੇ ਕੋਲ ਆਵੇ ਕਿ ਜਿੰਨਾ ਮੇਰਾ ਗੁਜ਼ਰ ਬਸਰ ਅੱਛੀ ਤਰ੍ਹਾਂ ਹੋ ਜਾਵੇ। ਜੇ ਉਸ ਤੋਂ ਜ਼ਿਆਦਾ ਤੁਹਾਡੇ ਕੋਲ ਆਏਗਾ ਤਾਂ ਤੁਸੀਂ ਉਹ ਦਾਨ ਕਰ ਦੋਗੇ, ਲੋਕਾਂ ਨੂੰ ਦਾਨ ਕਰ ਦੋਗੇ, ਤਾਂ ਕਿ ਲੋਕਾਂ ਦੇ ਜੀਵਨ ਵਿੱਚ ਵੀ ਖੁਸ਼ੀਆਂ ਆਉਣ। ਦੇਖੋ ਪਾਇਲ ਨੰਬਰ 1, ਇਸ ਤਰ੍ਹਾਂ ਦੀ ਐਨਰਜੀ, ਇਸ ਤਰ੍ਹਾਂ ਦੀ ਰੀਡਿੰਗ ਮੈਂ ਐਕਸਪੈਕਟ ਨਹੀਂ ਕੀਤੀ ਸੀ। ਕੀ ਕਵਾਂ ਮੈਂ ਤੁਹਾਨੂੰ ਹੁਣ, ਮਤਲਬ ਮੈਂ ਸੋਚਿਆ ਵੀ ਨਹੀਂ ਸੀ ਕਿ ਇਸ ਤਰ੍ਹਾਂ ਦੇ ਕਾਰਡਸ ਆਣਗੇ। ਮਤਲਬ ਤੁਸੀਂ ਨਾ ਏਂਜਲ ਹੋ, ਕੀ ਕਵਾਂ ਮੈਂ ਤੁਹਾਨੂੰ, ਮਤਲਬ ਤੁਸੀਂ ਇੰਨੀ ਅੱਛੀ ਆਤਮਾ ਹੋ, ਮਤਲਬ ਤੁਸੀਂ ਇਹ ਜਨਮ ਆਪਣੀ ਮਰਜ਼ੀ ਨਾਲ ਲਿੱਤਾ ਹੈ, ਸਮਝ ਰਹੇ ਹੋ? ਮਤਲਬ ਇਹ ਜਨਮ ਤੁਸੀਂ ਆਪਣੀ ਮਰਜ਼ੀ ਨਾਲ ਲਿੱਤਾ ਹੈ। ਰੱਬ ਜੀ, ਭਗਵਾਨ, ਪਰਮਾਤਮਾ, ਅੱਲਾ, ਈਸ਼ਵਰ ਨੇ ਬੋਲਤਾ ਸੀ ਕਿ ਹੁਣ ਤੁਹਾਨੂੰ ਮੈਂ ਮੋਕਸ਼ ਦੇ ਦਿੰਦਾ ਹਾਂ, ਠੀਕ ਹੈ, ਪਰ ਤੁਸੀਂ ਕਿਹਾ ਕਿ ਮੈਂ ਹਾਲੇ ਲੋਕਾਂ ਦਾ ਭਲਾ ਕਰਨਾ ਹੈ, ਓਕੇ? ਇਸ ਕਰਕੇ ਤੁਸੀਂ ਇਸ ਦੁਨੀਆਂ ਵਿੱਚ ਆਏ ਹੋ। ਬਸ ਤੁਸੀਂ ਇੰਨਾ ਯਾਦ ਰੱਖਣਾ, ਆਪਸ਼ਨ 1, ਕਿ ਕੋਈ ਦੁੱਖ ਵੀ ਤੁਹਾਡੀ ਜ਼ਿੰਦਗੀ ਵਿੱਚ ਆਉਂਦਾ ਹੈ ਨਾ, ਉਹ ਟੈਂਪਰੇਰੀ ਹੈ, ਠੀਕ ਹੈ। ਦੂਜਾ, ਜੇ ਤੁਹਾਨੂੰ ਕੋਈ ਦੁੱਖ ਦਿੰਦਾ ਹੈ, ਤੁਹਾਡਾ ਦਿਲ ਦੁਖਾਉਂਦਾ ਹੈ, ਤਾਂ ਤੁਸੀਂ ਇੰਨੀ ਅੱਛੀ, ਮੈਂ ਤੁਹਾਨੂੰ ਏਂਜਲ ਕਹਿ ਦਿੱਤਾ ਹੈ, ਇੰਨੀ ਪਿਓਰ ਸੋਲ ਹੋ, ਤੁਹਾਡੇ ਅੰਦਰ ਇੰਨੀ ਡਿਵਾਈਨ ਦੀ ਸ਼ਕਤੀ ਹੈ, ਪਾਵਰ ਹੈ, ਕਿ ਤੁਸੀਂ ਕੁਝ ਕਰੋ ਨਾ ਕਰੋ, ਜੋ ਸਾਹਮਣੇ ਵਾਲਾ ਤੁਹਾਡਾ ਦਿਲ ਦੁਖਾ ਰਿਹਾ ਹੈ ਨਾ, ਕੁਝ ਗਲਤ ਕਰ ਰਿਹਾ ਹੈ, ਤਾਂ ਉਸ ਦਾ ਆਪਣੇ ਆਪ ਹੀ ਇਸ ਤਰ੍ਹਾਂ ਚੱਕਰ ਘੁੰਮੇਗਾ, ਇਸ ਤਰ੍ਹਾਂ ਦੇ ਕਰਮ ਹੋਣਗੇ ਕਿ ਉਸ ਨੂੰ ਟ੍ਰਿਪਲ, ਮਤਲਬ ਮੈਂ ਕਿ ਡਬਲ ਟ੍ਰਿਪਲ ਉਸ ਨੂੰ ਵਾਪਸ ਦੁੱਖ ਹੋਣ ਵਾਲਾ ਹੈ, ਜੋ ਤੁਹਾਨੂੰ ਦੁੱਖ ਦੇਗਾ, ਤੁਹਾਡੀ ਆਤਮਾ ਨੂੰ ਤੰਗ ਕਰੇਗਾ, ਓਕੇ? ਇਸ ਕਰਕੇ ਤੁਸੀਂ ਆਪਣੇ ਦਿਲ ਵਿੱਚ ਕਿਸੇ ਦੇ ਵਾਸਤੇ ਨੈਗੇਟਿਵ ਥੋਟਸ ਨਹੀਂ ਰੱਖਣੇ ਹਨ, ਤੁਸੀਂ ਮਾਫ ਕਰ ਦੇਣਾ ਹੈ। ਵੈਸੇ ਤਾਂ ਦਿਖਾਈ ਦੇ ਰਿਹਾ ਐਨਰਜੀ ਕਿ ਤੁਸੀਂ ਮਾਫ ਕਰਨ ਦੇ ਵਿੱਚ ਵਿਸ਼ਵਾਸ ਰੱਖਦੇ ਹੋ, ਠੀਕ ਹੈ। ਹੋ ਸਕਦਾ ਹੈ ਕਿਸੇ ਕੋਲ ਜਾਣੇ ਅਣਜਾਣੇ ਵਿੱਚ ਵੀ ਤੁਹਾਡੇ ਨਾਲ ਗਲਤ ਹੋ ਜਾਂਦਾ ਹੋਵੇ, ਪਰ ਉਹ ਉਹਨੂੰ ਸਹਿਣਾ ਪਏਗਾ, ਇਸ ਤਰ੍ਹਾਂ ਦੀ ਐਨਰਜੀਜ ਆ ਰਹੀਆਂ ਹਨ। ਤੁਸੀਂ ਨਾ ਇੱਕ ਐਸੇ ਡਿਵਾਈਨ ਸੋਲ ਹੋ ਨਾ, ਜਦੋਂ ਤੁਸੀਂ ਪਰਮਾਤਮਾ ਤੋਂ ਕੁਝ ਮੰਗਦੇ ਹੋ ਨਾ, ਤਾਂ ਡਾਇਰੈਕਟਲੀ ਪਰਮਾਤਮਾ ਸੁਣਦੇ ਹਨ ਤੁਹਾਡੀ, ਤੇ ਉਸੇ ਵੇਲੇ ਹੀ, ਜਿਸ ਤਰ੍ਹਾਂ ਕਿ ਆਪਾਂ ਦੇਖਦੇ ਹਾਂ ਨਾ ਕਿ ਪਿਕਚਰਾਂ ਵਿੱਚ ਬੋਲਦੇ ਹਨ ਤਥਾਸਤੂ, ਤਾਂ ਉਸ ਤਰ੍ਹਾਂ ਉਹ ਬੋਲ ਦਿੰਦੇ ਕਿ ਹਾਂ ਇਹ ਤੁਹਾਡਾ ਕੰਮ ਪੂਰਾ ਹੋ ਜਾਏਗਾ। ਇਸ ਤਰ੍ਹਾਂ ਕਨੈਕਸ਼ਨ ਤੁਹਾਡਾ ਰੱਬ ਨਾਲ ਡਾਇਰੈਕਟ ਜੁੜਦਾ ਹੈ, ਜੋ ਕਿ ਬਹੁਤ ਵੱਡੀ ਗੱਲ ਹੈ। ਹਾਂਜੀ, ਬਹੁਤ ਵੱਡੀ ਗੱਲ ਹੈ। ਇਸ ਕਰਕੇ ਨਾ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਤੁਸੀਂ ਦੂਸਰਿਆਂ ਵਾਸਤੇ ਪ੍ਰੇਅਰ ਜ਼ਰੂਰ ਕਰਨਾ, ਜ਼ਰੂਰ ਅਰਦਾਸ, ਜ਼ਰੂਰ ਪ੍ਰਾਰਥਨਾ ਕਰਨਾ, ਠੀਕ ਹੈ, ਕਿਉਂਕਿ ਬਹੁਤ ਜ਼ਿਆਦਾ ਹਾਈ ਵਾਈਬ੍ਰੇਸ਼ਨ ਆ ਰਹੀ ਹੈ ਤੁਹਾਡੀ। ਮੈਨੂੰ ਤਾਂ ਇੱਥੇ, ਮਤਲਬ ਮੈਂ ਕਹਿ ਰਹੀ ਹਾਂ ਕਿ ਮੇਰੇ ਵਾਸਤੇ ਤੁਸੀਂ ਪ੍ਰੇਅਰ ਕਰਨਾ, ਕਿਉਂਕਿ ਬਹੁਤ ਜ਼ਿਆਦਾ ਪੋਜ਼ਿਟਿਵ ਐਨਰਜੀ ਆਈ ਹੈ। ਤੁਸੀਂ ਜਿਸ ਤਰ੍ਹਾਂ ਕਿ ਲੋਕਾਂ ਵਾਸਤੇ, ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਪ੍ਰੇਅਰ ਕਰੋ ਕਿ ਹੇ ਪਰਮਾਤਮਾ, ਹੇ ਯੂਨੀਵਰਸ, ਅੱਲਾ, ਈਸ਼ਵਰ, ਕਿ ਉਹ ਬੰਦਾ ਬਿਮਾਰ ਹੈ, ਹੈ ਨਾ, ਕੋਈ ਵੀ ਬਿਮਾਰ ਹੈ, ਉਸਨੂੰ ਜਲਦੀ ਠੀਕ ਕਰ ਦਿਉ, ਜਾਂ ਉਸਨੂੰ ਇਸ ਚੀਜ਼ ਦੀ ਜ਼ਰੂਰਤ ਹੈ, ਜਾਂ ਉਸਨੇ ਮੇਰਾ ਗਲਤ ਕੀਤਾ ਹੈ, ਉਸਨੂੰ ਮਾਫ਼ ਕਰ ਦਿਉ। ਇਸ ਤਰ੍ਹਾਂ ਦਾ ਤੁਸੀਂ ਕਰਨਾ, ਇਸ ਤਰ੍ਹਾਂ ਦੀ ਐਡਵਾਈਸ ਵੀ ਦੇਖੋ, ਗਾਈਡੈਂਸ ਆ ਰਹੀ ਹੈ ਤੁਹਾਡੇ ਵਾਸਤੇ, ਕਿ ਦੂਸਰਿਆਂ ਵਾਸਤੇ ਵੀ ਤੁਸੀਂ ਪ੍ਰੇਅਰ ਕਰੋ। ਇੰਨੀ ਪਾਵਰ ਹੈ ਤੁਹਾਡੇ ਅੰਦਰ, ਪਿਓਰ ਸੋਲ ਹੋ ਬਈ ਤੁਸੀਂ, ਬਹੁਤ ਹਾਈ ਵਾਈਬ੍ਰੇਸ਼ਨ, ਐਂਜਲ ਹੋ, ਐਂਜਲ। ਪਤਾ ਨਹੀਂ ਕਿਉਂ ਮੇਰੀ ਅੱਖਾਂ ਵਿੱਚ ਨਾ ਆਂਸੂ ਆ ਰਹੇ ਹਨ ਰੀਡਿੰਗ ਕਰਦੇ ਹੋਏ, ਸਹੀ ਚ ਕਹਿ ਰਹੀ ਹਾਂ, ਮਤਲਬ ਬਹੁਤ ਹੀ, ਮੈਂ ਵੀ ਆਪਣੇ ਆਪ ਨੂੰ ਲੱਕੀ ਫੀਲ ਕਰ ਰਹੀ ਹਾਂ ਕਿ ਮੈਂ ਇਸ ਤਰ੍ਹਾਂ ਦੇ ਲੋਕਾਂ ਨਾਲ ਜੁੜੀ ਹਾਂ, ਔਰ ਤੁਸੀਂ ਮੇਰੇ ਚੈਨਲ ਦੇ ਨਾਲ ਜੁੜੇ ਹੋ ਜੋ ਮੇਰੀ ਵੀਡੀਓ ਦੇਖ ਰਹੇ ਹਨ। ਬਹੁਤ ਹੀ ਮੈਂ ਰੀਡਿੰਗ ਕਰ ਰਹੀ ਹਾਂ ਇਹੋ ਜਿਹੀ ਪੋਜ਼ਿਟਿਵ ਲੋਕਾਂ ਦੀ, ਬਹੁਤ ਹੀ ਵਧੀਆ, ਮਤਲਬ ਐਨਰਜੀ ਹੈ। ਕਹਿਣ ਦਾ ਮਤਲਬ, ਬਹੁਤ ਹੀ ਮੈਨੂੰ ਖੁਸ਼ੀ ਹੋ ਰਹੀ ਹੈ ਤੁਹਾਡੀ
ਰੀਡਿੰਗ ਕਰਦੇ ਹੋਏ ਪਾਇਲ ਨੰਬਰ 1, ਤੁਹਾਡੇ ਅੰਦਰ ਨਾ ਮਾਂ ਵਰਗੀ ਐਨਰਜੀ ਹੈ, ਮਾਂ ਵਰਗੀ ਮਮਤਾ ਹੈ। ਕੋਈ ਵੀ ਜੋ ਮੇਰੀ ਵੀਡੀਓ ਦੇਖ ਰਿਹਾ ਹੈ, ਮੇਲ ਹੈ ਫੀਮੇਲ ਹੈ, ਮਤਲਬ ਕਹਿ ਸਕਦੇ ਹੋ ਕਿ ਉਹਨਾਂ ਦੇ ਅੰਦਰ ਐਸੀ ਐਨਰਜੀ ਹੈ ਮਮਤਾ ਨਾਲ ਜੋ ਕਿ ਭਰੀ ਹੋਈ ਹੈ। ਠੀਕ ਹੈ, ਚਲੋ ਹੁਣ ਦੇਖਦੇ ਹਾਂ ਉਸ ਦੇ ਬਾਰੇ। ਮੈਂ ਤੁਹਾਨੂੰ ਦੱਸਦੀ ਹਾਂ ਕਿ ਤੁਹਾਡੀ ਕਿਸਮਤ ਵਿੱਚ ਕੀ ਲਿਖਿਆ ਹੈ। ਦੇਖੋ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲੇ ਦੱਸਿਆ ਹੀ ਹੈ ਕਿ ਤੁਸੀਂ ਪਰਮਾਤਮਾ ਨੂੰ ਹੀ ਬੋਲ ਕੇ ਆਏ ਹੋ ਕਿ ਮੈਂ ਲੋਕਾਂ ਦੇ ਵਿੱਚ ਪ੍ਰਕਾਸ਼ ਫੈਲਾਉਣਾ ਹੈ, ਲੋਕਾਂ ਨੂੰ ਗਿਆਨ ਦੇਣਾ ਹੈ, ਇਹ ਤੁਸੀਂ ਬੋਲ ਕੇ ਆਏ ਹੋ। ਅਤੇ ਦੂਸਰਾ, ਤੁਸੀਂ ਕੀ ਪਰਮਾਤਮਾ ਤੋਂ ਮੰਗ ਕੇ ਆਏ ਹੋ ਨਾ, ਸਾਫ ਕਲੀਅਰ ਇੱਥੇ ਕਾਰਡਸ ਵਿੱਚ ਦਿਖ ਰਿਹਾ ਹੈ ਕਿ ਜੋ ਮੈਂ ਬੋਲਾਂ ਉਹ ਸੱਚ ਹੋ ਜਾਵੇ, ਜੋ ਮੈਂ ਮੰਗਾਂ ਉਹ ਸੱਚ ਹੋ ਜਾਵੇ। ਸਹੀ ਹੈ, ਮਤਲਬ ਤੁਸੀਂ ਜੋ ਵੀ ਪਰਮਾਤਮਾ ਤੋਂ ਸੱਚੇ ਦਿਲ ਤੋਂ ਮੰਗੋਗੇ ਨਾ, ਉਹ ਪੂਰਾ ਹੋਏਗਾ। ਤੁਸੀਂ ਦੂਸਰਿਆਂ ਵਾਸਤੇ ਵੀ ਮੈਨੀਫੈਸਟ ਕਰ ਸਕਦੇ ਹੋ, ਬਹੁਤ ਹੀ ਮਤਲਬ ਬਲੈਸਿੰਗਸ ਹੈ ਤੁਹਾਡੇ ਉੱਤੇ, ਆਸ਼ੀਰਵਾਦ ਹੈ ਪਰਮਾਤਮਾ ਦਾ। ਤੁਸੀਂ ਜੋ ਲੋਕਾਂ ਵਾਸਤੇ ਵੀ ਮੰਗੋਗੇ ਉਹ ਵੀ ਉਹਨਾਂ ਵਾਸਤੇ ਪੂਰਾ ਹੋਏਗਾ। ਇੱਥੇ ਨਾ ਐਬੰਡੈਂਸ ਦਾ ਕਾਰਡ ਆਇਆ ਹੈ, ਤੇ ਤੁਹਾਨੂੰ ਨਾ ਕਿਸੇ ਚੀਜ਼ਾਂ ਦੇ ਪਿੱਛੇ ਭੱਜਣਾ ਨਹੀਂ ਪਏਗਾ, ਮੇਨਲੀ ਪੈਸਿਆਂ ਦੇ ਪਿੱਛੇ ਭੱਜਣਾ ਨਹੀਂ ਪਏਗਾ, ਉਹ ਖੁਦ ਚੱਲ ਕੇ ਤੁਹਾਡੇ ਕੋਲ ਆਏਗਾ। ਕਿਸ ਤਰ੍ਹਾਂ? ਕਰਮ ਕਰੋਗੇ, ਤੁਸੀਂ ਆਪਣੇ ਕਰਮ ਕਰੋਗੇ ਨਾ ਅੱਛੇ, ਤਾਂ ਪੈਸਾ ਖੁਦ ਬ ਖੁਦ ਤੁਹਾਡੇ ਕੋਲ ਆਏਗਾ, ਤੁਹਾਨੂੰ ਉਹਦੇ ਪਿੱਛੇ ਨਹੀਂ ਭੱਜਣਾ ਪਏਗਾ। ਜਿਸ ਤਰ੍ਹਾਂ ਕੀ ਹੁੰਦਾ ਨਾ, ਮਤਲਬ ਕੀ ਵਰਡ ਮੈਂ ਇੱਥੇ ਯੂਜ ਕਰਾਂ, ਬਰਕਤ। ਠੀਕ ਹੈ, ਮਤਲਬ ਕਿਸੇ ਤੇ ਪੈਸਿਆਂ ਵਿੱਚ ਇੰਨੀ ਬਰਕਤ ਹੁੰਦੀ ਹੈ, ਪੈਸਾ ਇੰਨਾ ਆਵੇ ਨਾ ਆਵੇ, ਉਹ ਬੰਦਾ ਇੰਨਾ ਖਰਚ ਭਾਵੇਂ ਜਿੰਨਾ ਮਰਜ਼ੀ ਖਰਚ ਕਰੇ, ਉਹਦਾ ਪੈਸਾ ਖਤਮ ਨਹੀਂ ਹੁੰਦਾ। ਬਰਕਤ ਮਤਲਬ ਇੰਨੀ ਹੁੰਦੀ ਹੈ, ਉਹਨਾਂ ਦੇ ਘਰ ਵਿੱਚ ਬਰਕਤ ਹੁੰਦੀ ਹੈ, ਉਸ ਤਰ੍ਹਾਂ ਦੇ ਤੁਸੀਂ ਇਨਸਾਨ ਹੋ। ਜਿੰਨਾ ਵੀ ਖਰਚ ਕਰ ਲੋਗੇ ਤੁਹਾਡੇ ਬੈਂਕ ਬੈਲੈਂਸ ਵਿੱਚ ਇਨਫ ਪੈਸਾ ਹੋਏਗਾ, ਇਸ ਤਰ੍ਹਾਂ ਦਾ ਤੁਹਾਡੀ ਕਿਸਮਤ ਵਿੱਚ ਲਿਖਿਆ ਹੈ। ਬਾਕੀ ਇਹ ਤਾਂ ਮੈਂ ਤੁਹਾਨੂੰ ਦੱਸ ਹੀ ਚੁੱਕੀ ਹਾਂ ਕਿ ਅੱਗੇ ਜਾ ਕੇ ਤੁਹਾਨੂੰ ਪੈਸਿਆਂ ਨਾਲ ਇੰਨਾ ਮਤਲਬ ਮੋਹ ਕਹਿੰਦੇ ਨਾ ਨਹੀਂ ਰਹਿਣ ਵਾਲਾ ਹੈ। ਤਾਂ ਜਿੰਨਾ ਵੀ ਤੁਹਾਡੇ ਬੈਂਕ ਅਕਾਊਂਟ ਵਿੱਚ ਹੋਏਗਾ ਜਾਂ ਜਿੰਨਾ ਵੀ ਪੈਸਾ ਹੋਏਗਾ, ਤਾਂ ਅੱਗੇ ਜਾ ਕੇ ਤੁਸੀਂ ਡੋਨੇਟ ਕਰ ਦੋਗੇ। ਠੀਕ ਹੈ, ਇੱਥੇ ਕਈ ਲੋਕ ਐਸੇ ਹਨ ਜੋ ਕੁਐਸਚਨ ਕਰ ਰਹੇ ਹਨ, ਇਸ ਤਰ੍ਹਾਂ ਦਾ ਮੈਨੂੰ ਐਨਰਜੀਜ਼ ਆਈਆਂ ਹਨ, ਪ੍ਰਸ਼ਨ ਕਰ ਰਹੇ ਹਨ ਕਿ ਉਹਨਾਂ ਨੂੰ ਪਿਆਰ ਵਿੱਚ ਧੋਖਾ ਮਿਲਿਆ ਹੈ, ਪਾਸਟ ਵਿੱਚ ਮਿਲਿਆ ਹੋਵੇ ਜਾਂ ਹੁਣ ਮਿਲਿਆ ਹੋਵੇ, ਤਾਂ ਉਹਨਾਂ ਨੂੰ ਲੱਗ ਰਿਹਾ ਕਿ ਮੈਂ ਇੰਨਾ ਸਪਿਰਚੁਅਲ ਹਾਂ, ਠੀਕ ਹੈ, ਧਾਰਮਿਕ ਹਾਂ, ਸਭ ਮੇਰੇ ਅੰਦਰ ਹੀਲਿੰਗ ਪਾਵਰ ਹੈ, ਫਿਰ ਮੇਰੇ ਨਾਲ ਇਸ ਤਰ੍ਹਾਂ ਕਿਉਂ, ਮੇਰੇ ਨਾਲ ਇਸ ਤਰ੍ਹਾਂ ਕਿਉਂ ਹੁੰਦਾ ਹੈ, ਸਭ ਕੁਝ ਅੱਛਾ ਚੱਲ ਰਿਹਾ ਹੁੰਦਾ ਹੈ, ਪਰ ਅਚਾਨਕ ਐਸਾ ਕੁਝ ਹੋਇਆ ਹੈ ਤੁਹਾਡੀ ਲਾਈਫ ਵਿੱਚ ਜਿਸ ਨੇ ਤੁਹਾਨੂੰ ਹਿਲਾ ਕੇ ਰੱਖ ਦਿੱਤਾ ਹੈ। ਠੀਕ ਹੈ, ਇਹ ਤੁਹਾਡਾ ਜੋ ਪ੍ਰਸ਼ਨ ਹੈ, ਸਵਾਲ ਹੈ ਯੂਨੀਵਰਸ ਤੋਂ। ਓਕੇ, ਇੱਕ ਕਾਰਡ ਮੈਂ ਇੱਥੇ ਕੱਢ ਲੈਂਦੀ ਹਾਂ। ਠੀਕ ਹੈ ਜੀ, ਦੇਖੋ ਪਤਾ ਕਈ ਵਾਰੀ ਕੀ ਹੁੰਦਾ ਹੈ ਕਿ ਕਈ ਵਾਰੀ ਨਾ ਯੂਨੀਵਰਸ ਸਾਨੂੰ ਕਈ ਐਸੀ ਚੀਜ਼ਾਂ ਤੋਂ ਪ੍ਰੋਟੈਕਟ ਕਰਦੀ ਹੈ, ਬਚਾਉਂਦੀ ਹੈ, ਜੋ ਸਾਡੇ ਵਾਸਤੇ ਸਹੀ ਨਹੀਂ ਹੈ ਜਾਂ ਸਾਡੇ ਵਾਸਤੇ ਬਣੀ ਨਹੀਂ ਹੈ, ਪਰ ਅਸੀਂ ਉਸ ਵੇਲੇ ਉਹ ਚੀਜ਼ਾਂ ਨੂੰ ਸਮਝ ਨਹੀਂ ਪਾਉਂਦੇ। ਓਕੇ, ਠੀਕ ਹੈ ਨਾ, ਅਸੀਂ ਉਸ ਚੀਜ਼ਾਂ ਨੂੰ ਸਮਝ ਨਹੀਂ ਪਾਉਂਦੇ ਕਿਉਂਕਿ ਅਸੀਂ ਉਸ ਐਨਰਜੀ ਵਿੱਚ ਚੱਲ ਰਹੇ ਹੁੰਦੇ ਹਾਂ ਕਿ ਨਹੀਂ ਉਹ ਮੇਰੇ ਵਾਸਤੇ ਅੱਛਾ ਹੈ, ਮੈਨੂੰ ਚਾਹੀਦਾ ਇਸ ਤਰ੍ਹਾਂ ਦਾ। ਪਰ ਇੱਥੇ ਇਸ ਵੇਲੇ ਇਹ ਗਾਈਡੈਂਸ ਐਡਵਾਈਸ ਆਈ ਹੈ ਪਰਮਾਤਮਾ ਅੱਲਾ ਈਸ਼ਵਰ ਯੂਨੀਵਰਸ ਵੱਲੋਂ ਕਿ ਉਹ ਚੀਜ਼ ਜਿਸ ਚੀਜ਼ ਨੂੰ ਤੁਸੀਂ ਖੋਇਆ ਹੈ ਨਾ, ਉਸ ਤੋਂ ਬਹੁਤ ਜ਼ਿਆਦਾ ਤੁਹਾਨੂੰ ਮਿਲੇਗਾ। ਉਹ ਚੀਜ਼ ਤੁਹਾਡੇ ਵਾਸਤੇ ਹੈ ਹੀ ਨਹੀਂ ਹੈ, ਉਸ ਚੀਜ਼ ਤੋਂ ਮੂਵ ਔਨ ਕਰ ਦਿਓ, ਅੰਧੇਰੇ ਤੋਂ ਬਾਹਰ ਨਿਕਲ ਜਾਓ, ਕਿਉਂਕਿ ਅੰਧੇਰਾ ਤੁਹਾਡੇ ਵਾਸਤੇ ਹੈ ਹੀ ਨਹੀਂ ਹੈ, ਦੁੱਖ ਤੁਹਾਡੇ ਲਈ ਹੈ ਹੀ ਨਹੀਂ। ਹਾਂ, ਆਪਸ਼ਨ ਫਸਟ, ਦੁੱਖ ਤੁਹਾਡੇ ਲਈ ਹੈ ਹੀ ਨਹੀਂ, ਹਾਲਾਂਕਿ ਕੁਛ ਲੈਸਨਸ ਰਹਿਣਗੇ, ਲਰਨਿੰਗ ਰਹਿਣਗੇ ਜੋ ਤੁਹਾਨੂੰ ਚੀਜ਼ਾਂ ਸਿਖਾਉਣਗੀਆਂ, ਪਰ ਆਪਸ਼ਨ ਫਸਟ, ਦੁੱਖ ਤੁਹਾਡੇ ਲਈ ਨਹੀਂ ਹਨ। ਤੁਸੀਂ ਖੁਸ਼ ਰਹਿਣ ਵਾਸਤੇ ਹੀ ਇਸ ਦੁਨੀਆਂ ਤੇ ਆਏ ਹੋ, ਤੇ ਖੁਸ਼ ਰਹਿਣਾ ਹੈ ਇਹੀ ਤੁਸੀਂ ਦੁਨੀਆਂ ਨੂੰ ਸਿਖਾਉਣਾ ਹੈ।
ਬਸ ਇੱਥੇ ਕਨਫਿਊਜ਼ ਸੀ ਥੋੜ੍ਹੇ, ਤੁਸੀਂ ਕਨਫਿਊਜ਼ ਸੀ ਤਾਂ ਉਹ ਤੁਸੀਂ ਜਾਣਨਾ ਚਾਹੁੰਦੇ ਸੀ ਤਾਂ ਇਹ ਰੀਡਿੰਗ ਵਿੱਚ ਤੁਹਾਨੂੰ ਕਲੀਅਰ ਹੋ ਗਿਆ ਹੈ। ਠੀਕ ਹੈ, ਬਾਕੀ ਤਾਂ ਇੱਥੇ ਸਭ ਅੱਛਾ ਆਇਆ ਹੈ ਪਾਇਲ ਨੰਬਰ 1 ਤੁਹਾਡੇ ਵਾਸਤੇ। ਦੇਖੋ ਇੱਥੇ ਨਾ ਅਬੰਡੈਂਸ ਦੇ 2 ਕਾਰਡ ਆ ਗਏ ਹਨ, ਮਤਲਬ ਖੁਸ਼ੀਆਂ ਹੀ ਖੁਸ਼ੀਆਂ ਤੁਹਾਡੇ ਜੀਵਨ ਚ ਭਰੀਆਂ ਹੋਈਆਂ ਹਨ। ਅਬੰਡੈਂਸ ਹੀ ਅਬੰਡੈਂਸ ਤੁਹਾਡੀ ਲਾਈਫ ਵਿੱਚ ਆਏਗੀ। ਜਿੰਨਾ ਮਰਜ਼ੀ ਤੁਸੀਂ ਦਾਨ ਕਰ ਦੋਗੇ ਨਾ, ਪੈਸਾ ਤੁਹਾਡੇ ਲਾਈਫ ਵਿੱਚ ਖਤਮ ਨਹੀਂ ਹੋਏਗਾ। ਯੈਸ ਪਾਇਲ ਨੰਬਰ 1, ਆਪਸ਼ਨ ਨੰਬਰ 1, ਤੁਹਾਡੇ ਖਜ਼ਾਨੇ ਕਦੀ ਖਾਲੀ ਨਹੀਂ ਹੋਣਗੇ। ਕਹਿੰਦੇ ਨਾ ਕਿ ਬਰਕਤ ਹਮੇਸ਼ਾ ਭਰੀ ਰਹਿੰਦੀ ਹੈ, ਭੰਡਾਰੇ ਹਮੇਸ਼ਾ ਭਰੇ ਰਹਿੰਦੇ ਹਨ। ਇਸ ਤਰ੍ਹਾਂ ਦੇ ਹੀ ਤੁਹਾਡੇ ਨਾਲ ਹੋਣ ਵਾਲਾ ਹੈ ਤੁਹਾਡੀ ਕਿਸਮਤ ਵਿੱਚ, ਤੁਹਾਡੀ ਡੈਸਟੀਨੀ ਵਿੱਚ, ਜੋ ਕੋਈ ਬਦਲ ਨਹੀਂ ਸਕਦਾ। ਇੱਥੇ ਨਾ ਪਾਇਲ ਨੰਬਰ 1 ਤੁਹਾਡੇ ਨਾਲ ਕੁਝ ਇਸ ਤਰ੍ਹਾਂ ਦਾ ਹੁੰਦਾ ਹੋਏਗਾ ਐਟ ਪ੍ਰੈਜੈਂਟ ਕਿ ਤੁਸੀਂ ਲੋਸਟ ਹੁੰਦੇ ਜਾ ਰਹੇ ਹੋ। ਕੋਈ ਤੁਹਾਨੂੰ ਕੁਝ ਕਹਿ ਰਿਹਾ, ਤੁਹਾਨੂੰ ਸੁਣਾਈ ਨਹੀਂ ਦੇ ਰਿਹਾ, ਤੁਸੀਂ ਕਿਸੇ ਚੀਜ਼ ਕਰਨ ਜਾ ਰਹੇ ਹੋ ਉਹ ਤੁਸੀਂ ਭੁੱਲ ਜਾ ਰਹੇ ਹੋ। ਸਰੀਰ ਤਾਂ ਇੱਥੇ ਹੈ, ਬੋਡੀ ਤਾਂ ਇੱਥੇ ਹੈ, ਪਰ ਦਿਮਾਗ ਦਿਲ ਕਿਧਰੇ ਹੋਰ ਹੈ। ਤੁਸੀਂ ਇੱਥੇ ਆਪਣਾ ਪ੍ਰੈਜੈਂਸ ਆਫ ਮਾਇੰਡ ਰੱਖਣਾ ਹੈ, ਠੀਕ ਹੈ, ਇਸ ਗੱਲ ਤੇ ਤੁਸੀਂ ਧਿਆਨ ਰੱਖਣਾ ਹੈ। ਦੂਸਰਾ ਇੱਥੇ ਦਿਖਾਈ ਦੇ ਰਿਹਾ ਹੈ ਕਿ ਤੁਸੀਂ ਹੋ ਸਕਦਾ ਹੈ ਆਪਣਾ ਘਰ ਚੇਂਜ ਕਰੋ ਜਾਂ ਆਫਿਸ ਜੋਬ ਚੇਂਜ ਕਰੋ, ਕੁਝ ਚੇਂਜ ਦਾ ਕੁਝ ਇਸ ਤਰ੍ਹਾਂ ਦਾ ਮੈਨੂੰ ਦਿਖਾਈ ਦੇ ਰਿਹਾ ਹੈ। ਇਸ ਤਰ੍ਹਾਂ ਵੀ ਹੋ ਸਕਦਾ ਤੁਸੀਂ ਆਪਣੇ ਘਰ ਵਿੱਚ ਕੁਝ ਇਸ ਤਰ੍ਹਾਂ ਦਾ ਕੰਮ ਕਰਵਾਓ ਜਾਂ ਬੈਡਰੂਮ ਵਿੱਚ ਹੀ ਕੁਝ ਚੀਜ਼ਾਂ ਐਸੀਆਂ ਹਨ ਦਿਖਾਈ ਦੇ ਰਹੀਆਂ ਹਨ ਕਿ ਉਹ ਤੁਸੀਂ ਠੀਕ ਕਰਾਉਣਾ ਚਾਹੁੰਦੇ ਹੋ, ਉਹ ਠੀਕ ਕਰਾਓ ਜਾਂ ਬਾਥਰੂਮ ਦੇ ਵਿੱਚ ਕੋਈ ਕੰਮ ਕਰਾ ਸਕਦੇ ਹੋ। ਇਸ ਤਰ੍ਹਾਂ ਦਾ ਕੁਝ ਐਨਰਜੀ ਆ ਰਹੀਆਂ ਹਨ, ਇਹ ਤੁਹਾਡੇ ਨਾਲ ਹੋ ਸਕਦਾ ਕਿ ਤੁਸੀਂ ਇਹ ਕੰਮ ਕਰਵਾ ਸਕਦੇ ਹੋ। ਪਾਇਲ ਨੰਬਰ 1, ਆਪਸ਼ਨ ਨੰਬਰ 1, ਤੁਸੀਂ ਬਹੁਤ ਜ਼ਿਆਦਾ ਸਟਰੋਂਗ ਹੋ, ਬਹੁਤ ਜ਼ਿਆਦਾ ਪਰਮਾਤਮਾ ਨਾਲ ਜੁੜੇ ਹੋ, ਡਿਵਾਈਨ ਸੋਲ ਹੋ, ਏਂਜਲ ਹੋ, ਠੀਕ ਹੈ, ਬਹੁਤ ਜ਼ਿਆਦਾ ਤੁਸੀਂ ਅੱਗੇ ਜਾ ਕੇ ਡੋਨੇਟ ਕਰਨ ਵਾਲੇ ਹੋ ਚੀਜ਼ਾਂ ਨੂੰ, ਬਹੁਤ ਅਵੇਅਰਨੈਸ ਤੁਹਾਡੇ ਕੋਲ ਆਉਣ ਵਾਲੀ ਹੈ। ਕੁਝ ਚੀਜ਼ਾਂ 'ਤੇ ਤੁਸੀਂ ਚੇਂਜਿਸ ਵੀ ਲਿਆ ਸਕਦੇ ਹੋ ਔਰ ਘਰ ਵਿੱਚ ਵੀ ਰੈਨੋਵੇਸ਼ਨ ਕੁਝ ਕਰਵਾ ਸਕਦੇ ਹੋ। ਇਸ ਤਰ੍ਹਾਂ ਦੀ ਬਹੁਤ ਹੀ ਪਿਆਰੀ ਜੀ ਤੁਹਾਡੀ ਮੈਜੀਕਲ ਰੀਡਿੰਗ ਆਈ ਹੈ ਆਪਸ਼ਨ 1। ਜੇਕਰ ਤੁਹਾਨੂੰ ਇਹ ਚੰਗੀ ਲੱਗੀ ਹੈ ਤਾਂ ਪਲੀਜ਼ ਲਾਈਕ ਕਮੈਂਟ ਜ਼ਰੂਰ ਕਰਨਾ ਜੀ, ਅਤੇ ਜਿਨ੍ਹਾਂ ਨਾਲ ਕਨੈਕਟ ਹੋਈ ਹੈ ਉਹ ਵੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ। ਅਤੇ ਚਲੋ ਜੀ ਹੁਣ ਸ਼ੁਰੂ ਕਰਦੇ ਹਾਂ ਪਾਇਲ ਨੰਬਰ 2। ਜਿਨ੍ਹਾਂ ਨੇ ਰੋਜ਼ ਕੁਆਰਟਜ਼ ਦਾ ਸਫੇਅਰ ਚੁਣਿਆ ਹੈ ਉਹਨਾਂ ਦੀ ਕਿਸਮਤ ਵਿੱਚ ਐਸਾ ਕੀ ਲਿਖਿਆ ਹੈ ਜੋ ਹੋ ਕੇ ਹੀ ਰਹੇਗਾ। ਓਕੇ, 10 ਆਫ ਵਾਂਡਸ, Queen of Wands, 10 of Pentacles, okay, theek hai, 2 of Wands। ਦੇਖੋ ਆਪਸ਼ਨ 2 ਨਾ ਕਿਤੇ ਇਸ ਤਰ੍ਹਾਂ ਦੀ ਐਨਰਜੀ ਆ ਗਈਆਂ ਹਨ ਕਿ ਤੁਸੀਂ ਨਾ ਕੁਝ ਫੈਸਲੇ ਡਿਸੀਜਨ ਐਸੇ ਲਿੱਤੇ ਹਨ ਜੋ ਕਿ ਤੁਸੀਂ ਗਲਤ ਲਿੱਤੇ ਹਨ, ਜਿਸ ਦਾ ਨਾ ਤੁਹਾਡੇ ਕਿਧਰੇ ਨਾ ਕਿਧਰੇ ਤੁਹਾਨੂੰ ਪਛਤਾਵਾ ਹੈ ਕਿ ਮੈਂ ਇਸ ਤਰ੍ਹਾਂ ਕਿਉਂ ਕੀਤਾ। ਠੀਕ ਹੈ, ਜਿਸ ਤਰ੍ਹਾਂ ਕਿ ਨਾ ਪਹਿਲੇ ਤੁਸੀਂ ਬਹੁਤ ਜ਼ਿਆਦਾ ਮਾਸੂਮ ਸੀ, ਕਿਸੇ ਦੀ ਵੀ ਗੱਲਾਂ ਵਿੱਚ ਆ ਜਾਂਦੇ ਸੀ, ਕੋਈ ਵੀ ਤੁਹਾਡਾ ਫਾਇਦਾ ਉਠਾ ਲੈਂਦਾ ਸੀ, ਠੀਕ ਹੈ ਨਾ, ਪਰ ਕਿਤੇ ਨਾ ਤੁਹਾਨੂੰ ਆਪਣੇ ਆਪ ਤੋਂ ਇਹ ਸ਼ਿਕਾਇਤਾਂ ਹਨ ਕਿ ਮੈਂ ਪਹਿਲਾਂ ਇਸ ਤਰ੍ਹਾਂ ਦੀ ਕਿਉਂ ਸੀ ਜਾਂ ਪਹਿਲਾਂ ਇਸ ਤਰ੍ਹਾਂ ਦਾ ਕਿਉਂ ਸੀ। ਠੀਕ ਹੈ, ਮੀਨਸ ਮੇਲ ਫੀਮੇਲ ਦੀ ਮੈਂ ਗੱਲ ਕਰ ਰਹੀ ਹਾਂ, ਤਾਂ ਇਹ ਪਤਾ ਨਹੀਂ ਇਹ 2 ਵਾਰੀ ਕਿਉਂ ਨਿਕਲ ਗਿਆ ਹੈ ਕਿ ਮੈਂ ਇਸ ਤਰ੍ਹਾਂ ਦਾ ਪਹਿਲੇ ਕਿਉਂ ਸੀ। ਤੁਹਾਨੂੰ ਕਿਤੇ ਨਾ ਕਿਧਰੇ ਆਪਣੇ ਉੱਤੇ ਰਿਗਰੈਟ ਹੈ, ਪਰ ਪਾਇਲ ਨੰਬਰ 2 ਇੱਥੇ ਤੁਹਾਨੂੰ ਕਿਹਾ ਜਾ ਰਿਹਾ ਹੈ ਕਿ ਕਿਧਰੇ ਨਾ ਕਿਧਰੇ ਇਹਨਾਂ ਚੀਜ਼ਾਂ ਤੋਂ ਤੁਹਾਨੂੰ ਗੁਜ਼ਰਨਾ ਹੀ ਸੀ। ਜੇ ਤੁਸੀਂ ਇਹਨਾਂ ਚੀਜ਼ਾਂ ਤੋਂ ਨਹੀਂ ਗੁਜ਼ਰਦੇ ਤਾਂ ਤੁਸੀਂ ਕਿਵੇਂ ਸਿੱਖਦੇ? ਠੀਕ ਹੈ, ਹੁਣ ਤੁਹਾਨੂੰ ਪਤਾ ਚੱਲ ਰਿਹਾ ਹੈ ਨਾ ਕਿ ਮੈਂ ਇਹ ਕਿਉਂ ਕੀਤਾ, ਤੁਹਾਨੂੰ ਆਪਣੇ ਗਲਤ ਫੈਸਲਿਆਂ 'ਤੇ ਪਛਤਾਵਾ ਹੋ ਰਿਹਾ ਹੈ, ਤਾਂ ਇਹਨਾਂ ਚੀਜ਼ਾਂ ਤੋਂ ਤੁਸੀਂ ਸਿੱਖ ਕੇ ਹੀ ਬਾਹਰ ਨਿਕਲੇ ਹੋ, ਜੋ ਕਿ ਬਹੁਤ ਅੱਛਾ ਹੈ। ਇੱਥੇ ਇਸ ਤਰ੍ਹਾਂ ਕਿਹਾ ਜਾ ਰਿਹਾ ਹੈ ਕਿ ਆਪਣੇ ਆਪ ਤੋਂ ਵੀ ਗਿਲੇ ਸ਼ਿਕਵੇ ਨਹੀਂ ਰੱਖਣੇ ਹਨ,
ਪਤਾ ਨਹੀਂ ਇਸ ਤਰ੍ਹਾਂ ਕਿਹਾ ਜਾ ਰਿਹਾ ਕਿਸੇ ਵਾਸਤੇ ਐਨਰਜੀ ਆ ਰਹੀ ਹੈ ਜੋ ਵੀਡੀਓ ਮੇਰੀ ਦੇਖ ਰਹੇ ਹਨ ਕਿ ਆਪਣੇ ਆਪ ਨੂੰ ਮਾਫ ਕਰ ਦੋ ਓਕੇ ਦੇਖੋ ਜਿਸ ਤਰ੍ਹਾਂ ਦੇ ਇੱਥੇ ਕਾਰਡਸ ਆਏ ਹਨ ਨਾ ਆਪਸ਼ਨ 2 ਤਾਂ ਇੱਥੇ ਦਿਖਾਈ ਦੇ ਰਿਹਾ ਹੈ ਕਿ ਨਾ ਕਿ ਤੁਹਾਡੀ ਬਹੁਤ ਹੀ ਜ਼ਿਆਦਾ ਮੈਜੀਕਲ ਜਰਨੀ ਰਹੀ ਹੈ ਕਿਤੇ ਨਾ ਤੁਸੀਂ ਬਹੁਤ ਜ਼ਿਆਦਾ ਪਰੇਸ਼ਾਨੀਆਂ ਸਹੀਆਂ ਹਨ ਸਟਰਗਲ ਕੀਤਾ ਹੈ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਵਾਸਤੇ ਉਹ ਸਟਰਗਲ ਤੁਸੀਂ ਕਰ ਰਹੇ ਹੋਵੋਗੇ ਠੀਕ ਹੈ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਨਾ ਕਿ ਬਚਪਨ ਵਿੱਚ ਹੀ ਬਹੁਤ ਜ਼ਿਆਦਾ ਅਕਲ ਆ ਗਈ ਸੀ ਜੋ ਬਚਪਨ ਵਿੱਚ ਲੋਕਾਂ ਦਾ ਬੱਚੇ ਖੇਡਦੇ ਹਨ ਕੁੱਦਦੇ ਹਨ ਕਿਸੇ ਚੀਜ਼ ਦੀ ਪਰਵਾਹ ਨਹੀਂ ਹੁੰਦੀ ਤੁਹਾਨੂੰ ਉਹ ਬਚਪਨ ਵਿੱਚ ਹੀ ਬਹੁਤ ਜ਼ਿਆਦਾ ਸਮਝ ਆ ਗਈ ਸੀ ਓਕੇ ਬਚਪਨ ਵਿੱਚ ਹੀ ਜ਼ਿੰਮੇਵਾਰੀਆਂ ਆ ਗਈਆਂ ਪਰੇਸ਼ਾਨੀਆਂ ਰਹੀਆਂ ਪਰ ਇੱਥੇ ਜਿਵੇਂ ਕਿ ਦੇਖਿਆ ਜਾਵੇ ਨਾ 5 of Pentacles ਦੇ ਨਾਲ ਨਾ 10 of Pentacles ਹੈ 5 of Pentacles ਕੀ ਹੈ ਕ੍ਰਾਈਸਿਸ ਹਨ ਪਰੇਸ਼ਾਨੀਆਂ ਹਨ ਦੁੱਖ ਹੈ ਤਕਲੀਫ ਹੈ ਪਰ 10 of Pentacles ਕੀ ਹੈ ਅਬੰਡੈਂਸ ਹੈ ਉਹ ਇੱਥੇ ਇਸ ਤਰ੍ਹਾਂ ਦਾ ਸਫ਼ਰ ਹੈ ਕਿ ਕੁਝ ਨਾ ਹੋਣ ਤੋਂ ਲੈ ਕੇ ਸਭ ਕੁਝ ਹੋਣ ਦਾ ਸਫ਼ਰ ਤੁਹਾਡੀ ਲਾਈਫ ਵਿੱਚ ਆਉਣ ਵਾਲਾ ਹੈ ਹੁਣ ਇੱਥੇ ਮੈਂ ਤੁਹਾਨੂੰ ਬੜਾ ਈਜ਼ੀ ਤਰ੍ਹਾਂ ਸਮਝਾਉਂਦੀ ਹਾਂ ਕਿ ਇੱਕ ਸਮਾਂ ਐਸਾ ਆਏਗਾ ਤੁਹਾਡੀ ਡੈਸਟੀਨੀ ਤੁਹਾਡੀ ਕਿਸਮਤ ਵਿੱਚ ਕਿ ਕੁਝ ਚੀਜ਼ ਲੈਣ ਤੋਂ ਪਹਿਲੇ ਤੁਹਾਨੂੰ ਬਹੁਤ ਸੋਚਣਾ ਪਏਗਾ ਬਾਅਦ ਵਿੱਚ ਇੱਕ ਐਸਾ ਸਮਾਂ ਆਏਗਾ ਜਿੱਥੇ ਸਭ ਕੁਝ ਹੈ ਭਰਪੂਰ ਹੈ ਕੁਝ ਸੋਚਣਾ ਨਹੀਂ ਪਏਗਾ ਇੱਕ ਐਸਾ ਸਮਾਂ ਆਏਗਾ ਠੀਕ ਹੈ ਇੰਨਾ ਜ਼ਿਆਦਾ ਤੁਹਾਡੇ ਕੋਲ ਅਬੰਡੈਂਸ ਆਏਗੀ ਕਿ ਤੁਸੀਂ ਦਾਨ ਵੀ ਕਰੋਗੇ ਲੋਕਾਂ ਨੂੰ ਠੀਕ ਹੈ ਇਹ ਪਰ ਕਦੋਂ ਹੋਏਗਾ ਜਦੋਂ ਤੁਸੀਂ ਆਪਣੇ ਉੱਤੇ ਵਿਸ਼ਵਾਸ ਰੱਖੋਗੇ ਇੱਥੇ ਨਾ ਕਈ ਲੋਕ ਮੈਨੂੰ ਐਸੇ ਦਿਖਾਈ ਦੇ ਰਹੇ ਹਨ ਇਸ ਐਨਰਜੀਸ ਵਿੱਚ ਕਿ ਕਈ ਲੋਕਾਂ ਦੇ ਵਿੱਚ ਨਾ ਇਨਰ ਚਾਈਲਡ ਇਸ਼ੂ ਹੈ ਮਤਲਬ ਬਚਪਨ ਵਿੱਚ ਕੁਝ ਚੀਜ਼ ਦਾ ਸਾਨੂੰ ਡਰ ਫੋਬੀਆ ਹੋ ਜਾਂਦਾ ਹੈ ਜਾਂ ਫਿਰ ਪੇਰੈਂਟਸ ਦੇ ਵਿੱਚ ਵੀ ਤੁਹਾਡੇ ਕੋਈ ਇਸ਼ੂ ਨਜ਼ਰ ਆ ਰਿਹਾ ਹੈ ਮਤਲਬ ਤੁਹਾਡੇ ਪੇਰੈਂਟਸ ਨਾਲ ਕੁਝ ਇਸ਼ੂ ਰਹੇ ਹੋਣਗੇ ਹੈ ਨਾ ਤੇ ਇਹ ਇਸ ਤਰ੍ਹਾਂ ਦਾ ਹੈ ਕਿ ਪੀੜ੍ਹੀ ਦਰ ਪੀੜ੍ਹੀ ਚੱਲਿਆ ਆ ਰਿਹਾ ਹੈ ਇਸ ਤਰ੍ਹਾਂ ਦਾ ਇਸ਼ੂਜ਼ ਤਾਂ ਤੁਹਾਨੂੰ ਬਹੁਤ ਜ਼ਿਆਦਾ ਆਪਸ਼ਨ 2 ਜ਼ਰੂਰਤ ਹੈ ਹੀਲਿੰਗ ਦੀ ਠੀਕ ਹੈ ਕਿਉਂਕਿ ਇੱਥੇ ਬਹੁਤ ਸਾਰੇ ਲੋਕ ਹਨ ਜੋ ਮੇਰੀ ਵੀਡੀਓ ਦੇਖ ਰਹੇ ਹਨ ਉਹਨਾਂ ਨੂੰ ਬਿਲਕੁਲ ਵੀ ਮਾਨਸਿਕ ਸ਼ਾਂਤੀ ਨਹੀਂ ਹੈ ਮਨ ਵਿੱਚ ਉਹਨਾਂ ਦੀ ਬਿਲਕੁਲ ਸ਼ਾਂਤੀ ਨਹੀਂ ਹੈ ਮਨ ਇੱਧਰ ਉੱਧਰ ਭਟਕਦਾ ਰਹਿੰਦਾ ਹੈ ਕੁਝ ਲੋਕ ਤਾਂ ਇੱਥੇ ਉਹ ਵੀ ਹੋਣਗੇ ਜੋ ਰਾਤੀ ਇੰਨਾ ਕੁਝ ਸੋਚਦੇ ਹੋਣਗੇ ਕਿ ਸੋ ਵੀ ਨਹੀਂ ਪਾਉਂਦੇ ਹੋਣਗੇ ਇਹ ਤੁਹਾਡੇ ਨਾਲ ਰੈਜ਼ੋਨੇਟ ਕਨੈਕਟ ਕਰੇਗਾ ਤਾਂ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਣਾ ਜੀ ਇੱਥੇ ਦੇਖੋ ਸਭ ਤੋਂ ਵਧੀਆ ਚੀਜ਼ ਆਪਸ਼ਨ ਨੰਬਰ 2 ਤੁਹਾਡੇ ਵਾਸਤੇ ਕੀ ਆਈ ਹੈ ਸਭ ਤੋਂ ਪਹਿਲੇ ਮੈਂ ਤੁਹਾਨੂੰ ਇਹ ਦੱਸ ਦਵਾਂ ਕਿ ਕੁਝ ਨਾ ਹੋਣ ਤੋਂ ਲੈ ਕੇ ਸਭ ਕੁਝ ਹੋਣ ਦਾ ਇੱਕ ਤਾਂ ਸਫ਼ਰ ਤੁਹਾਡੀ ਕਿਸਮਤ ਵਿੱਚ ਲਿਖਿਆ ਹੈ ਓਕੇ ਦੂਜਾ ਕੁਝ ਇਸ ਤਰ੍ਹਾਂ ਦੇ ਟੌਪ ਮੂਮੈਂਟ ਤੁਹਾਡੀ ਲਾਈਫ ਵਿੱਚ ਅੱਗੇ ਜਾ ਕੇ ਆਉਣ ਵਾਲੇ ਹਨ ਜੋ ਕਿ ਤੁਹਾਨੂੰ ਹਿਲਾ ਕੇ ਰੱਖ ਦੇਣਗੇ ਹੈਰਾਨ ਕਰਕੇ ਰੱਖ ਦੇਣਗੇ ਪਰ ਤੁਸੀਂ ਉਸ ਨੂੰ ਬਹੁਤ ਹੀ ਮੈਚਿਓਰਲੀ ਸਮਝਦਾਰੀ ਨਾਲ ਹੈਂਡਲ ਕਰ ਲਓਗੇ ਕਿਉਂਕਿ ਤੁਸੀਂ ਬਹੁਤ ਜ਼ਿਆਦਾ ਮੈਚਿਓਰ ਹੋ ਠੀਕ ਹੈ ਅਤੇ ਜਿਸ ਤਰ੍ਹਾਂ ਸਮਾਂ ਬੀਤੇਗਾ ਤੁਸੀਂ ਉਸੀ ਤਰ੍ਹਾਂ ਤੁਸੀਂ ਸਮਝਦਾਰ ਹੁੰਦੇ ਜਾਓਗੇ ਗਰੋਥ ਕਰਦੇ ਜਾਓਗੇ ਅਤੇ ਇਹਨਾਂ ਚੀਜ਼ਾਂ ਨੂੰ ਬੜੀ ਹੀ ਆਸਾਨੀ ਨਾਲ ਸੰਭਾਲ ਲਓਗੇ ਇੱਥੇ ਮੈਨੂੰ ਕਾਫੀ ਸਾਰੇ ਲੋਕਾਂ ਦੇ ਲਈ ਨਾ ਕਰੀਅਰ ਚੇਂਜ ਵੀ ਦਿਖਾਈ ਦੇ ਰਿਹਾ ਹੈ ਲਾਈਕ ਹੋ ਸਕਦਾ ਹੈ ਤੁਸੀਂ ਮਲਟੀਪਲ ਕੰਪਨੀਆਂ ਨੂੰ ਚੇਂਜ ਕਰੋ ਮਲਟੀਪਲ ਜੌਬਸ ਚੇਂਜ ਕਰੋ ਬਹੁਤ ਸਾਰੀ ਕੰਪਨੀਜ਼ ਨੂੰ ਚੇਂਜ ਕਰੋ ਜਾਂ ਪੜ੍ਹਾਈ ਨੂੰ ਚੇਂਜ ਕਰੋ ਮਤਲਬ ਪੜ੍ਹਾਈ ਕਿਸੇ ਹੋਰ ਚੀਜ਼ ਵਿੱਚ ਕੀਤੀ ਹੈ ਪਰ ਪ੍ਰੋਫੈਸ਼ਨ ਕਿਧਰੇ ਹੋਰ ਚੀਜ਼ ਦਾ ਰਹੇ ਤਾਂ ਮਤਲਬ ਚੇਂਜ ਤੁਹਾਡੀ ਲਾਈਫ ਵਿੱਚ ਇਸ ਤਰ੍ਹਾਂ ਦਾ ਰਹੇਗਾ ਇਹ ਦਿਖਾਈ ਦੇ ਰਿਹਾ ਹੈ ਕਿਉਂਕਿ ਇੱਥੇ ਨਾ 5-5 ਦੀ ਐਨਰਜੀ ਹੈ ਤਾਂ 5 ਚੇਂਜਿਸ ਦੀ ਨੂੰ ਸ਼ੋਅ ਕਰਦਾ ਹੈ ਚੇਂਜ ਦੀ ਐਨਰਜੀ ਲੈ ਕੇ ਆਉਂਦਾ ਹੈ ਤਾਂ ਚੇਂਜਿਸ ਬਹੁਤ ਜ਼ਿਆਦਾ ਤੁਹਾਡੀ ਲਾਈਫ ਵਿੱਚ ਅੱਗੇ ਜਾ ਕੇ ਹੋਣ ਵਾਲੇ ਹਨ ਜਿਸ ਤਰ੍ਹਾਂ ਕਿ ਕਿਹਾ ਜਾਂਦਾ ਹੈ ਨਾ ਨਥਿੰਗ ਇਜ਼ ਪਰਮਾਨੈਂਟ ਸੋ ਆਪਸ਼ਨ 2 ਤੁਹਾਨੂੰ ਸਭ ਤੋਂ ਜ਼ਿਆਦਾ ਆਪਣੀ ਲਾਈਫ ਵਿੱਚ ਇੱਥੇ ਇਹ ਚੀਜ਼ ਸਮਝਣ ਦੀ ਜ਼ਰੂਰਤ ਹੈ ਕਿ ਬਦਲਾਵ ਨੂੰ ਐਕਸੈਪਟ ਕਰਨਾ ਹੈ ਪਰਿਵਰਤਨ ਨੂੰ ਚੇਂਜ ਨੂੰ ਤੁਸੀਂ ਐਕਸੈਪਟ ਕਰਨਾ ਹੈ
ਇੱਥੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਦਿਖਾਈ ਦੇ ਰਹੇ ਹਨ ਜੋ ਕਿ ਬਹੁਤ ਜ਼ਿਆਦਾ ਕੰਮ ਕਰਦੇ ਹੋਣਗੇ, ਹੱਥ ਤੋਂ ਜ਼ਿਆਦਾ ਕੰਮ ਕਰ ਲੈਂਦੇ ਹੋਣਗੇ, ਜਿਸ ਦੇ ਨਾਲ ਉਹ ਬਿਮਾਰ ਪੈ ਜਾਂਦੇ ਹੋਣਗੇ ਤਾਂ ਫਿਰ ਤੁਸੀਂ ਕੁਝ ਨਹੀਂ ਕਰ ਪਾਉਂਦੇ ਹੋਵੋਗੇ ਤੇ ਫਿਰ ਜਦੋਂ ਤੁਹਾਡੀ ਹੈਲਥ ਖਰਾਬ ਹੋ ਜਾਂਦੀ ਹੋਏਗੀ ਤਾਂ ਤੁਹਾਨੂੰ ਪਛਤਾਵਾ ਹੁੰਦਾ ਹੈ, ਪਰ ਫਿਰ ਤੁਸੀਂ ਕੁਝ ਨਹੀਂ ਕਰ ਪਾਉਂਦੇ। ਸੋ ਪਾਇਲ 2 ਤੁਹਾਡੇ ਵਾਸਤੇ ਇਸ ਤਰ੍ਹਾਂ ਦੀ ਐਡਵਾਈਸ ਗਾਈਡੈਂਸ ਆਈ ਹੈ ਕਿ ਮਤਲਬ ਆਪਣੇ ਸ਼ੈਡਿਊਲ ਨੂੰ ਠੀਕ ਹੈ ਬੈਲੈਂਸ ਕਰਕੇ ਚੱਲੋ, ਆਪਣੀ ਰੂਟੀਨ ਨੂੰ ਬੈਲੈਂਸ ਕਰਕੇ ਚੱਲੋ, ਜ਼ਰੂਰਤ ਤੋਂ ਜ਼ਿਆਦਾ ਕੰਮ ਨਾ ਕਰੋ। ਓਕੇ, ਤੁਹਾਡੇ ਵਾਸਤੇ ਰੈਸਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਆਰਾਮ ਦੀ ਬਹੁਤ ਜ਼ਰੂਰਤ ਹੈ। ਇੱਥੇ ਬਹੁਤ ਸਾਰੇ ਲੋਕ ਤਾਂ ਇਸ ਤਰ੍ਹਾਂ ਦੇ ਹੁੰਦੇ ਹੋਣਗੇ ਜੋ ਕਿ ਰੈਸਟਲੈਸ ਹੁੰਦੇ ਹੋਣਗੇ, ਤੁਸੀਂ ਖਾਲੀ ਬੈਠੇ ਹੋ ਨਾ ਤੁਹਾਨੂੰ ਲੱਗਦਾ ਹੋਏਗਾ ਮੈਂ ਕੁਝ ਕਰਾਂ ਮੈਂ ਕੁਝ ਕਰਾਂ, ਹੈ ਨਾ, ਮਤਲਬ ਆਪਣੇ ਆਪ ਨੂੰ ਤੁਸੀਂ ਖਾਲੀ ਨਹੀਂ ਰੱਖ ਸਕਦੇ, ਨਹੀਂ ਤਾਂ ਫਿਰ ਤੁਸੀਂ ਫੋਨ ਤੇ ਹੀ ਲੱਗ ਜਾਂਦੇ ਹੋ, ਫੋਨ ਕਾਲਿੰਗ ਕਰਨ ਲੱਗ ਜਾਂਦੇ ਹੋ, ਠੀਕ ਹੈ। ਪਰ ਇੱਥੇ ਤੁਹਾਡੇ ਵਾਸਤੇ ਕਿਹਾ ਜਾ ਰਿਹਾ ਹੈ ਕਿ ਕੁਝ ਸਮਾਂ ਆਪਣੇ ਆਪ ਨੂੰ ਦਿਓ, ਕੁਝ ਸਮਾਂ ਫ੍ਰੀ ਬੈਠਣਾ ਸਿੱਖੋ, ਆਪਣੇ ਆਪ ਉੱਤੇ ਧਿਆਨ ਦਿਓ, ਕੁਝ ਦੇਰ ਇਕੱਲਾ ਬਹਿਣਾ ਸਿੱਖੋ। ਉਸ ਇਕੱਲੇਪਨ ਵਿੱਚ ਜਦੋਂ ਤੁਸੀਂ ਬੈਠੋਗੇ ਤਾਂ ਤੁਸੀਂ ਸੋਚੋਗੇ ਕਿ ਮੈਂ ਅੱਗੇ ਕੀ ਕਰਨਾ ਹੈ, ਮੈਂ ਫਿਊਚਰ 'ਚ ਕੀ ਕਰਨਾ ਹੈ, ਤਾਂ ਤੁਹਾਨੂੰ ਸਹੀ ਰਸਤਾ ਦਿਖੇਗਾ। ਇੱਥੇ ਕਿੰਗ ਆਫ ਸੋਰਸ ਦਾ ਵੀ ਕਾਰਡ ਆਇਆ ਹੈ ਤੇ ਕਿੰਗ ਆਫ ਸੋਰਸ ਦੀ ਐਨਰਜੀ ਕਿਸ ਤਰ੍ਹਾਂ ਦੀ ਹੁੰਦੀ ਹੈ ਨਾ, ਕਿ ਜਿਸ ਤਰ੍ਹਾਂ ਕਿ ਤੁਸੀਂ ਜਿਵੇਂ ਤੁਸੀਂ ਆਪਣੇ ਕਰੀਅਰ ਨੂੰ ਠੀਕ ਹੈ ਅੱਛਾ ਕਰਨ ਦੇ ਲਈ ਬਹੁਤ ਕੁਝ ਮਿਹਨਤ ਕੀਤੀ ਹੈ, ਜਾਂ ਬਚਪਨ ਵਿੱਚ ਵੀ ਜਿਸ ਤਰ੍ਹਾਂ ਕਿ ਤੁਸੀਂ ਬਹੁਤ ਜ਼ਿਆਦਾ ਸਟਰਗਲ ਕੀਤਾ ਹੈ, ਪੇਨ ਦੇਖਿਆ ਹੈ, ਤਾਂ ਤੁਹਾਨੂੰ ਪਤਾ ਇੱਥੇ ਕੀ ਲੱਗ ਰਿਹਾ ਹੈ ਕਿ ਮੇਰਾ ਰਿਲੇਸ਼ਨ ਜੋ ਮੇਰਾ ਲਵ ਪਾਰਟਨਰ ਹੋਏਗਾ ਉਹ ਉਸ ਨੂੰ ਲੱਭਣ ਵਿੱਚ ਤੁਹਾਨੂੰ ਤਕਲੀਫ ਹੋਏਗੀ, ਤੁਹਾਨੂੰ ਲੱਗਦਾ ਹੈ ਕਿ ਉਹ ਉਸਦੀ ਐਨਰਜੀ ਮੇਰੇ ਨਾਲ ਮੈਚ ਨਹੀਂ ਹੋਣਗੀਆਂ, ਉਹ ਤੁਹਾਡਾ ਦਰਦ ਸਮਝ ਪਾਏਗੀ ਜਾਂ ਪਾਏਗਾ, ਹੈ ਨਾ, ਇਸ ਤਰ੍ਹਾਂ ਦਾ ਤੁਹਾਡੇ ਅੰਦਰ ਚੱਲ ਰਿਹਾ ਹੈ। ਸੋ ਮੈਚਿੰਗ ਕਰਨ ਦਾ ਪਾਰਟਨਰ ਨਾਲ ਤੁਹਾਡੀ ਇੱਥੇ ਥੋੜੀ ਡਿਫੀਕਲਟੀਜ਼ ਤੁਹਾਡੇ ਦਿਮਾਗ ਵਿੱਚ ਆ ਰਹੀ ਹੈ, ਪਰ ਇੱਥੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਇੱਥੇ ਐਨਰਜੀਜ਼ ਆ ਰਹੀਆਂ ਹਨ ਕਿ ਤੁਹਾਨੂੰ ਐਗਜੈਕਟ ਜੋ ਤੁਹਾਡਾ ਪਾਰਟਨਰ ਤੁਹਾਨੂੰ ਸਮਝ ਸਕੇਗਾ ਇਸ ਤਰ੍ਹਾਂ ਦੀ ਐਨਰਜੀਜ਼ ਹੈ ਤੁਹਾਨੂੰ ਉਹ ਜ਼ਰੂਰ ਮਿਲੇਗਾ, ਤੇ ਇਹ 1-1.5 ਸਾਲ ਦੇ ਵਿੱਚ ਹੋਏਗਾ ਇਸ ਤਰ੍ਹਾਂ ਦੀ ਐਨਰਜੀ ਸਨ। ਤੇ ਇਸ ਤੋਂ ਇਲਾਵਾ ਜੋ ਤੁਹਾਡੀ ਲਾਈਫ ਵਿੱਚ ਇਹ ਪਾਰਟ ਚੱਲ ਰਿਹਾ ਹੈ ਨਾ ਕਿ ਬਿਗਨਿੰਗ ਐਂਡਿੰਗ ਐਂਡਿੰਗ ਬਿਗਨਿੰਗ ਇਸ ਤਰ੍ਹਾਂ ਦਾ, ਠੀਕ ਹੈ, ਤੇ ਇੱਥੇ ਧਿਆਨ ਦਿਓ ਪਾਇਲ ਨੰਬਰ 2 ਕਿ ਇੱਥੇ ਇਸਦਾ ਮਤਲਬ ਇਹ ਨਹੀਂ ਹੈ ਕਿ ਇਹ ਹਮੇਸ਼ਾ ਤੁਹਾਡੀ ਲਾਈਫ 'ਚ ਚੱਲੇਗਾ, ਤੁਹਾਡੀ ਕਿਸਮਤ ਵਿੱਚ ਤੁਹਾਡੀ ਡੈਸਟੀਨੀ ਵਿੱਚ ਇਹ ਲਿਖਿਆ ਹੈ ਕਿ ਇਹ ਜੋ ਸਭ ਚੱਲ ਰਿਹਾ ਹੈ ਨਾ ਇਹ ਸਮਝ ਲਓ ਤੁਸੀਂ 6 ਮਹੀਨੇ ਦੇ ਅੰਦਰ, ਠੀਕ ਹੈ, ਜਾਂ ਫਿਰ ਜ਼ਿਆਦਾ ਤੋਂ ਜ਼ਿਆਦਾ 1 ਸਾਲ ਦੇ ਅੰਦਰ ਇਹ ਸਭ ਪ੍ਰੋਬਲਮੈਟਿਕ ਜੋ ਚੀਜ਼ਾਂ ਤੁਹਾਡੀ ਲਾਈਫ ਵਿੱਚ ਚੱਲ ਰਹੀਆਂ ਹਨ ਉਸ ਦਾ ਅੰਤ ਹੋ ਜਾਏਗਾ, ਐਂਡਿੰਗ ਹੋ ਜਾਏਗਾ, ਉਸ ਤੋਂ ਬਾਅਦ ਤੁਹਾਡਾ ਬਹੁਤ ਵਧੀਆ ਸਮਾਂ ਆਏਗਾ, ਠੀਕ ਹੈ। ਇੱਥੇ 6 ਮਹੀਨੇ ਦਾ ਜ਼ਿਆਦਾ ਸਿਗਨੀਫਿਕੈਂਟ ਹੋ ਰਿਹਾ ਹੈ ਮੈਨੂੰ ਸਮਾਂ, ਠੀਕ ਹੈ, ਪਰ ਫਿਰ ਵੀ ਮੈਂ 6 ਮਹੀਨੇ ਤੋਂ 1 ਸਾਲ ਦੇ ਵਿੱਚ ਤੁਹਾਨੂੰ ਬੋਲਿਆ ਹੈ, ਓਕੇ। 6 ਮਹੀਨੇ ਬਾਅਦ ਤੁਸੀਂ ਤੁਹਾਡੀ ਇੱਕ ਨਵੀਂ ਬਿਗਨਿੰਗ ਹੋਏਗੀ, ਤੁਸੀਂ ਆਪਣੇ ਸਪਾਊਸ ਨੂੰ ਮਿਲ ਰਹੇ ਹੋ, ਆਪਣੇ ਲਵ ਪਾਰਟਨਰ ਨੂੰ ਮਿਲ ਰਹੇ ਹੋ, ਜੇ ਆਲਰੇਡੀ ਤੁਸੀਂ ਮੈਰਿਡ ਹੋ, ਜੇ ਤੁਹਾਡਾ ਵਿਆਹ ਹੋਇਆ ਹੋਇਆ ਹੈ ਤਾਂ ਤੁਹਾਡੀ ਲਾਈਫ ਵਿੱਚ ਪ੍ਰੋਬਲਮਸ ਚੱਲ ਰਹੀਆਂ ਹਨ, ਰਿਸ਼ਤਿਆਂ ਵਿੱਚ ਖਟਪਟ ਚੱਲ ਰਹੀ ਹੈ ਤਾਂ ਉਹ ਠੀਕ ਹੋ ਜਾਏਗੀ, ਠੀਕ ਹੈ। ਇੱਥੇ ਇਹ ਵੀ ਦਿਖਾਈ ਦੇ ਰਿਹਾ ਹੈ ਜੋ ਲੋਕ ਮੈਰਿਡ ਹਨ ਨਾ ਹਸਬੈਂਡ ਵਾਈਫ, ਤੁਹਾਡੇ ਅੰਦਰ ਜੋ ਦੂਰੀਆਂ ਆ ਗਈਆਂ ਹਨ, ਹੈ ਨਾ, ਤੇ ਇੱਕ ਐਸਾ ਇਨਸਾਨ ਆਏਗਾ, ਠੀਕ ਹੈ, ਇੱਕ ਐਸਾ ਇਨਸਾਨ ਆਏਗਾ ਜੋ ਤੁਹਾਡੀ ਦੂਰੀਆਂ ਨੂੰ ਉਹ ਜ਼ਰੀਆ ਬਣੇਗਾ, ਤੁਹਾਡੇ ਅੰਦਰ ਜੋ ਦੋਨਾਂ ਦੇ ਵਿੱਚ ਗਲਤ ਫਹਿਮੀਆਂ ਮਿਸ ਅੰਡਰਸਟੈਂਡਿੰਗ ਹੋ ਗਈਆਂ ਹਨ ਉਹਨਾਂ ਨੂੰ ਦੂਰ ਕਰੇਗਾ, ਇਸ ਤਰ੍ਹਾਂ ਦੀ ਐਨਰਜੀ ਨਜ਼ਰ ਆ ਰਹੀਆਂ ਹਨ। ਤੇ ਦੇਖੋ ਆਪਸ਼ਨ 2 ਤੁਹਾਡੇ ਵਾਸਤੇ ਇਹ ਜੋ ਕਾਰਡ ਆਇਆ ਹੈ ਨਾ ਇੱਥੇ ਇਹ ਦੱਸ ਰਿਹਾ ਹੈ ਕਿ ਜਦੋਂ ਮੈਂ ਤੁਹਾਨੂੰ ਦੱਸ ਦੇਵਾਂ ਜਦੋਂ ਤੁਸੀਂ ਬਚਪਨ ਵਿੱਚ ਸਮਝ ਲਓ 10-12 ਸਾਲ ਦੇ ਸੀ ਨਾ ਉਦੋਂ ਉੱਥੋਂ ਦੀ ਲੈ ਕੇ ਹੁਣ ਤੱਕ ਤੁਹਾਡੇ ਵਿੱਚ ਬਹੁਤ ਬਦਲਾਵ ਆਇਆ ਹੈ, ਤੁਸੀਂ ਬਹੁਤ ਜ਼ਿਆਦਾ ਨਿਖਰੇ ਹੋ। ਇਹ ਆਖਰੀ ਤੇ ਮੈਂ ਜੇ 4-5 ਸਾਲ ਦੀ ਗੱਲ ਕਰਾਂ ਤਾਂ ਬਹੁਤ ਜ਼ਿਆਦਾ ਚੇਂਜ ਆਇਆ, ਠੀਕ ਹੈ, ਤੁਹਾਡੀ ਪ੍ਰੋਬਲਮਸ ਵਿੱਚ ਵੀ,
ਠੀਕ ਹੈ, ਜਾਂ ਤੁਹਾਡੀ ਪਰਸਨੈਲਿਟੀ ਵਿੱਚ ਵੀ, ਤੇ ਇਹ ਤਾਂ ਹਾਲੇ ਕੁਝ ਵੀ ਨਹੀਂ ਹੈ, ਇਹ ਸਿਰਫ 25% ਹੈ। ਓਕੇ, ਮਤਲਬ ਕਹਿਣ ਦਾ ਇਹ ਹੈ ਕਿ 25% ਜੇ ਤੁਹਾਨੂੰ 4-5 ਸਾਲਾਂ ਵਿੱਚ ਜੋ ਤੁਹਾਨੂੰ ਹੁਣ ਅੱਛਾ ਲੱਗਣ ਲੱਗਾ ਹੈ ਜਾਂ ਚੀਜ਼ਾਂ ਤੁਹਾਡੇ ਵਿੱਚ ਚੇਂਜ ਆਇਆ ਹੈ, ਤਾਂ ਉਹ ਬੜੀ ਜਲਦੀ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਟਾਈਮ ਇੱਥੇ ਮੈਂ ਨਹੀਂ ਦੱਸ ਪਾ ਰਹੀ ਹਾਂ ਕਿਉਂਕਿ ਜਨਰਲ ਰੀਡਿੰਗ ਹੁੰਦੀ ਹੈ, ਸਭ ਦਾ ਅਲੱਗ ਅਲੱਗ ਹੋਏਗਾ, ਪਰ ਫਿਰ ਵੀ ਮੈਂ ਤੁਹਾਨੂੰ 1 ਸਾਲ ਦਾ ਟਾਈਮ ਬੋਲਿਆ ਹੈ। ਉਸ ਤੋਂ ਬਾਅਦ ਤੁਹਾਡੀ ਜੋ ਲਾਈਫ ਹੈ ਸਮੂਥਲੀ ਚੱਲੇਗੀ, ਲਾਈਫ ਸਟੇਬਲ ਹੋ ਜਾਏਗੀ। ਪਾਇਲ ਨੰਬਰ 2, ਮਾਈ ਬਿਊਟੀਫੁਲ ਪੀਪਲ। ਕਈ ਵਾਰੀ ਨਾ ਪਾਇਲ ਨੰਬਰ 2 ਤੁਹਾਨੂੰ ਇਸ ਤਰ੍ਹਾਂ ਲੱਗਿਆ ਹੋਏਗਾ ਜ਼ਿੰਦਗੀ ਵਿੱਚ ਕਿ ਹੁਣ ਸਭ ਕੁਝ ਖਤਮ, ਪਰ ਫਿਰ ਅੱਛਾ ਹੋ ਗਿਆ। ਠੀਕ ਹੈ, ਮਤਲਬ ਪੋਜ਼ਿਟਿਵ ਰਹੇ ਹੋ ਤੁਸੀਂ। ਤੁਸੀਂ ਇੱਕ ਵਾਰੀ ਡਿੱਗੇ, ਫਿਰ ਦੁਬਾਰਾ ਖੜੇ ਹੋ ਗਏ, ਡਿੱਗੇ ਦੁਬਾਰਾ ਖੜੇ ਹੋ ਗਏ, ਇਸ ਤਰ੍ਹਾਂ ਤੁਹਾਡੀ ਲਾਈਫ ਵਿੱਚ ਚੱਲਦਾ ਆ ਰਿਹਾ ਹੈ। ਪਰ ਹੁਣ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਹੈ, 1 ਸਾਲ ਦੇ ਅੰਦਰ ਸਭ ਕੁਝ ਅੱਛਾ ਹੋਏਗਾ। ਬਸ ਕੀ ਹੈ, ਤੁਹਾਨੂੰ ਆਪਣੇ ਆਪ ਤੋਂ ਥੋੜੀਆਂ ਜਿਹੀਆਂ ਸ਼ਿਕਾਇਤਾਂ ਹਨ ਕਿ ਥੋੜੇ ਜਿਹੇ ਜੋ ਗਲਤ ਫੈਸਲੇ ਲੈ ਲਿੱਤੇ ਹਨ ਉਹਦੇ ਉੱਤੇ ਤੁਹਾਨੂੰ ਗਿਲਟੀ ਹੈ। ਠੀਕ ਹੈ, ਪਰ ਪਰਮਾਤਮਾ ਵੱਲੋਂ ਐਡਵਾਈਸ ਹੈ ਕਿ ਉਹ ਹੁਣ ਪਛਤਾਵਾ ਨਾ ਕਰੋ, ਜੋ ਹੋਣਾ ਸੀ ਉਹ ਹੋ ਗਿਆ, ਪਾਸਟ ਦੀ ਐਨਰਜੀ ਚੋਂ ਨਿਕਲ ਕੇ ਬਾਹਰ ਆ ਜਾਓ। ਦੇਖੋ, ਤੁਹਾਡੀਆਂ ਨਾ ਬਹੁਤ ਜ਼ਿਆਦਾ ਹੈਵੀ ਐਨਰਜੀਜ਼ ਆਈਆਂ ਹਨ। ਠੀਕ ਹੈ, ਬਹੁਤ ਜ਼ਿਆਦਾ ਹੈਵੀ ਐਨਰਜੀਜ਼ ਹਨ ਪਾਇਲ ਨੰਬਰ 2। ਤੁਹਾਨੂੰ ਨਾ ਬਹੁਤ ਜ਼ਿਆਦਾ ਹੀਲਿੰਗ ਦੀ ਜ਼ਰੂਰਤ ਹੈ, ਡਿਟੋਕਸ ਦੀ ਜ਼ਰੂਰਤ ਹੈ, ਅਤੇ ਤੁਹਾਨੂੰ ਆਪਣਾ ਔਰਾ ਕਲੀਨ ਕਰਨਾ। ਜੋ ਤੁਸੀਂ ਬੈਠ ਜਾਂਦੇ ਹੋ ਨਾ ਆਪਣੀ ਮੈਮਰੀ ਨੂੰ ਲੈ ਕੇ, ਸੋਚਦੇ ਹੋ ਚੀਜ਼ਾਂ ਮੇਰੇ ਨਾਲ ਕੀ ਹੋਇਆ ਕੀ ਹੋਇਆ ਕੀ ਹੋਇਆ, ਇਹ ਗਲਤ ਹੈ, ਇਹ ਨਹੀਂ ਕਰਨਾ। ਤੁਸੀਂ ਆਪਣੇ ਆਪ ਨੂੰ ਇਹੀ ਕਰਦੇ ਰਹੋਗੇ, ਹੀਲ ਕਿਸ ਤਰ੍ਹਾਂ ਕਰੋਗੇ ਤੁਸੀਂ? ਆਪਣੀ ਹੈਵੀ ਐਨਰਜੀ ਨੂੰ ਲਾਈਟ ਐਨਰਜੀ ਵਿੱਚ ਬਦਲਣਾ ਹੈ, ਉਹ ਤੁਹਾਡੇ ਹੱਥ ਵਿੱਚ ਹੀ ਹੈ। ਪਾਸਟ ਵਿੱਚ ਤੁਹਾਡਾ ਕੋਈ ਰਿਸ਼ਤਾ ਸੀ, ਠੀਕ ਹੈ, ਤੁਸੀਂ ਉਸੇ ਚੀਜ਼ ਨੂੰ ਬਾਰ ਬਾਰ ਯਾਦ ਕਰਦੇ ਰਹਿੰਦੇ ਹੋ। ਠੀਕ ਹੈ, ਅੱਛੀ ਚੀਜ਼ ਨੂੰ ਯਾਦ ਕਰੋ। ਤੁਹਾਨੂੰ ਪਤਾ ਹੈ ਕਿ ਤੁਹਾਡੀ ਇੱਛਾਵਾਂ, ਤੁਹਾਡੀਆਂ ਮਨੋਕਾਮਨਾਵਾਂ, ਤੁਹਾਡੀ ਵਿਸ਼ਿਜ਼ ਨੂੰ ਜੋ ਪੂਰਾ ਹੋਣ ਤੋਂ ਰੋਕ ਰਿਹਾ ਹੈ ਉਹ ਹੈ ਤੁਹਾਡੀ ਪਾਸਟ ਦੀ ਮੈਮਰੀਜ਼। ਠੀਕ ਹੈ, ਪਾਸਟ ਦੇਖੋ, ਪਾਸਟ ਸਭ ਦਾ ਹੁੰਦਾ ਹੈ, ਪਾਸਟ ਕਿਸੇ ਰੀਜ਼ਨ ਦੇ ਕਰਕੇ ਹੁੰਦਾ ਹੈ, ਪਰ ਅਸੀਂ ਹੁਣ ਉਹ ਪਾਸਟ ਨੂੰ ਇਗਨੋਰ ਕਰੋ, ਪ੍ਰੈਜੈਂਟ ਵਿੱਚ ਜੀਓ, ਤਾਂ ਹੀ ਤੁਸੀਂ ਅੱਗੇ ਵਧੋਗੇ, ਤਾਂ ਹੀ ਤੁਸੀਂ ਆਪਣੀਆਂ ਇੱਛਾਵਾਂ, ਆਪਣੇ ਸੁਪਨੇ ਨੂੰ ਤੁਸੀਂ ਪੂਰਾ ਕਰ ਪਾਓਗੇ। ਇਸ ਤਰ੍ਹਾਂ ਕਿ ਮੈਂ ਤੁਹਾਨੂੰ ਟਾਈਮ ਦੱਸਿਆ ਹੈ, ਇੱਥੇ ਆ ਗਿਆ ਹੈ, ਜਿਹੜੇ ਲੋਕਾਂ ਨੇ ਤਾਂ ਇਹ ਆਪਣੇ ਆਪ ਨੂੰ ਹੀਲ ਕਰ ਲਿਆ। ਠੀਕ ਹੈ, ਪੁਰਾਣੀਆਂ ਗੱਲਾਂ ਨੂੰ ਭੁੱਲ ਗਏ। ਠੀਕ ਹੈ, ਜੋ ਤੁਸੀਂ ਫੈਸਲੇ ਗਲਤ ਲੈ ਲਏ ਉਹਦੇ ਉੱਤੇ ਪਛਤਾਵਾ ਛੱਡਤਾ, ਲਾਈਟ ਐਨਰਜੀ ਵਿੱਚ ਆ ਗਏ, ਉਹਨਾਂ ਵਾਸਤੇ ਇਹ 6 ਮਹੀਨੇ ਤੋਂ 1 ਸਾਲ ਦਾ ਟਾਈਮ ਹੈ, ਉਹਨਾਂ ਦਾ ਲਾਈਫ ਚੇਂਜ ਹੋਏਗੀ, ਸਟੇਬਲ ਹੋਏਗੀ, ਗਰੋਥ ਹੋਏਗੀ। ਪਰ ਜੋ ਉੱਥੇ ਹੀ ਅਟਕ ਗਏ ਨਾ, ਸਟਕ ਰੱਖਿਆ ਉਹਨਾਂ ਨੇ ਆਪਣੇ ਆਪ ਨੂੰ, ਤਾਂ ਉਹਨਾਂ ਦਾ ਫਿਰ ਕੁਛ ਨਹੀਂ ਹੋ ਸਕਦਾ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲੇ ਹੀ ਕਿਹਾ ਸੀ ਕਿ ਤੁਸੀਂ ਇੰਟੂਟਿਵ ਪਰਸਨ ਹੋ, ਤੁਹਾਨੂੰ ਪਹਿਲੇ ਜੋ ਹੋਣ ਵਾਲਾ ਹੈ ਉਹ ਪਤਾ ਚੱਲ ਜਾਂਦਾ ਹੈ। ਠੀਕ ਹੈ, ਦੂਸਰਿਆਂ ਨੂੰ ਤੁਸੀਂ ਰਸਤਾ ਦਿਖਾ ਦਿੰਦੇ ਹੋ, ਦੂਸਰਿਆਂ ਦੇ ਬਾਰੇ ਤੁਸੀਂ ਸੋਚ ਲੈਂਦੇ ਹੋ, ਉਹਨਾਂ ਨੂੰ ਦੱਸ ਦਿੰਦੇ ਹੋ ਕਿ ਤੁਹਾਡੇ ਨਾਲ ਇਹ ਹੋਣ ਵਾਲਾ ਹੈ, ਉਹਨਾਂ ਨੂੰ ਰਸਤਾ ਦਿਖਾ ਦਿੰਦੇ ਹੋ, ਪਰ ਆਪਣੇ ਬਾਰੇ ਵਿੱਚ ਤੁਸੀਂ ਉਹ ਨਹੀਂ ਕਰ ਪਾਉਂਦੇ। ਜਦੋਂ ਆਪਣੇ ਤੁਹਾਡਾ ਟਾਈਮ ਆਉਂਦਾ ਨਾ, ਤਾਂ ਤੁਹਾਨੂੰ ਹਨੇਰਾ ਹੀ ਨਜ਼ਰ ਆਉਂਦਾ ਹੈ। ਇਹ ਕਿਉਂ ਐਸਾ ਹੁੰਦਾ ਹੈ? ਕਿਉਂਕਿ ਤੁਸੀਂ ਕਿ ਮੈਂ ਕਿਹਾ, ਤੁਸੀਂ ਇੱਕ ਰੈਸਟਲੈਸ ਪਰਸਨ ਹੋ ਕਿ ਹਮੇਸ਼ਾ ਕੁਝ ਨਾ ਕੁਝ ਕੁਝ ਨਾ ਕੁਝ ਸੋਚਦੇ ਰਹਿੰਦੇ ਹੋ। ਠੀਕ ਹੈ, ਇਹ ਤੁਸੀਂ ਨਹੀਂ ਕਰਨਾ ਹੈ। ਸਭ ਤੋਂ ਪਹਿਲੇ ਪਤਾ ਤੁਹਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ? ਸਭ ਤੋਂ ਪਹਿਲੇ ਆਪਣੇ ਆਪ ਨੂੰ ਮਾਫ ਕਰੋ। ਜਿਸ ਗਿਲਟ ਵਿੱਚ ਤੁਸੀਂ ਚੱਲ ਰਹੇ ਹੋ ਨਾ, ਮੈਂ ਤੁਹਾਨੂੰ ਬਾਰ ਬਾਰ ਕਹਿ ਰਹੀ ਹਾਂ, ਪਰਮਾਤਮਾ ਵੱਲੋਂ ਐਡਵਾਈਸ ਆ ਰਹੀ ਹੈ, ਪਰਮਾਤਮਾ ਵੱਲੋਂ ਇਹ ਗਾਈਡੈਂਸ ਆ ਰਹੀ ਹੈ, ਇਸ ਨੂੰ ਤੁਸੀਂ ਫੋਲੋ ਕਰੋ, ਕਰਨਾ ਵੀ ਚਾਹੀਦਾ ਹੈ। ਠੀਕ ਹੈ, ਚਲੋ ਇੱਕ ਮੈਂ ਤੁਹਾਨੂੰ ਛੋਟਾ ਜਿਹਾ ਅਫਰਮੇਸ਼ਨ ਦੱਸ ਦਿੰਦੀ ਹਾਂ। ਪਾਇਲ ਨੰਬਰ 2, ਹਮੇਸ਼ਾ ਇਹ ਬੋਲਦੇ ਰਹੋ, ਆਈ ਫੋਰਗਿਵ ਮਾਈ ਸੈਲਫ, ਆਈ ਫੋਰਗਿਵ ਮਾਈ ਸੈਲਫ, ਮੈਂ ਆਪਣੇ ਆਪ ਨੂੰ ਮਾਫ ਕਰ ਦਿੱਤਾ ਹੈ, ਮੈਂ ਆਪਣੇ ਆਪ ਨੂੰ ਮਾਫ ਕਰ ਦਿੱਤਾ ਹੈ। ਤੁਸੀਂ ਦੇਖੋਗੇ ਚਮਤਕਾਰ ਹੋਏਗਾ, ਲਾਈਫ ਕਿਸ ਤਰ੍ਹਾਂ ਤੁਹਾਡੀ ਅੱਗੇ ਵਧੇਗੀ। ਟਰਸਟ ਮੀ।
ਐਂਡ ਆਈ ਐਮ ਰੇਡੀ ਫੋਰ ਨਿਊ ਬਿਗਨਿੰਗਸ। ਮੈਂ ਨਵੀਂ ਆਪਣੀ ਬਿਗਨਿੰਗ ਵਾਸਤੇ, ਆਪਣੀ ਲਾਈਫ ਦੀ ਦੇ ਨਵੇਂ ਚੈਪਟਰ ਵਾਸਤੇ, ਦੀ ਸ਼ੁਰੂਆਤ ਵਾਸਤੇ ਤਿਆਰ ਹਾਂ, ਆਈ ਐਮ ਰੇਡੀ। ਇੱਥੇ ਕਾਫੀ ਸਾਰੇ ਉਹ ਲੋਕ ਹਨ ਜੋ ਆਪਣੇ ਪਿਆਰ ਦੀ ਤਲਾਸ਼ ਵਿੱਚ ਹਨ, ਠੀਕ ਹੈ, ਤੇ ਉਹਨਾਂ ਨੂੰ ਉਹ ਆਪਣਾ ਪਿਆਰ ਮਿਲ ਨਹੀਂ ਪਾ ਰਿਹਾ ਹੈ, ਜਾਂ ਫਿਰ ਜਿਨ੍ਹਾਂ ਨੂੰ ਮਿਲ ਗਿਆ ਹੈ ਆਲਰੇਡੀ, ਤਾਂ ਉਹਦੇ ਵਿੱਚ ਬਹੁਤ ਸਾਰੇ ਬੈਰੀਅਰਸ ਹਨ, ਬਹੁਤ ਸਾਰੀ ਪ੍ਰੋਬਲਮਸ ਆ ਰਹੀਆਂ ਹਨ, ਮੁਸ਼ਕਿਲਾਂ ਆ ਰਹੀਆਂ ਹਨ। ਸੋ ਇੱਥੇ ਤੁਹਾਡੇ ਵਾਸਤੇ ਮੈਸੇਜ ਹੈ ਕਿ ਜਿਸ ਵੇਲੇ ਪਾਇਲ ਨੰਬਰ 2 ਤੁਸੀਂ ਆਪਣੇ ਆਪ ਨੂੰ ਹੀਲ ਕਰ ਲੋਗੇ ਨਾ, ਤਾਂ ਪਿਆਰ ਖੁਦ ਬ ਖੁਦ ਤੁਹਾਡੇ ਕੋਲ ਆ ਜਾਏਗਾ। ਤੁਹਾਡੇ ਅਕੋਰਡਿੰਗ ਜੋ ਤੁਸੀਂ ਪਰਸਨ ਚਾਹੁੰਦੇ ਹੋ ਨਾ ਆਪਣੀ ਲਾਈਫ ਵਿੱਚ, ਉਹ ਖੁਦ ਬ ਖੁਦ ਆ ਜਾਏਗਾ। ਸੋ ਮੈਂ ਤੁਹਾਨੂੰ ਫਿਰ ਬਾਰ ਬਾਰ ਕਹਿ ਰਹੀ ਹਾਂ, ਕੁਝ ਕਰੋਗੇ ਤਾਂ ਮਿਲੇਗਾ, ਠੀਕ ਹੈ। ਅਸੀਂ ਇੱਕ ਕਲਾਸ ਵਿੱਚ ਜੋ ਅਸੀਂ ਪੜ੍ਹ ਲੈਂਦੇ ਹਾਂ, ਫਿਰ ਤਾਂ ਹੀ ਤਾਂ ਸਾਨੂੰ, ਅਸੀਂ ਪਾਸ ਹੁੰਦੇ ਹਾਂ ਤਾਂ ਦੂਸਰੀ ਕਲਾਸ ਵਿੱਚ ਅਸੀਂ ਜਾਂਦੇ ਹਾਂ, ਸਾਨੂੰ ਦੂਸਰੀ ਕਲਾਸ ਵਿੱਚ ਸ਼ਿਫਟ ਕਰ ਦਿੱਤਾ ਜਾਂਦਾ ਹੈ। ਸੇਮ ਇਸੇ ਤਰ੍ਹਾਂ ਤੁਹਾਡੀ ਲਾਈਫ ਦੇ ਲੈਸਨ ਹਨ, ਤੁਸੀਂ ਆਪਣੀ ਲਾਈਫ ਵਿੱਚੋਂ ਬਹੁਤ ਕੁਝ ਸਿੱਖ ਲਿੱਤਾ ਹੈ, ਹੁਣ ਉਹ ਸਿੱਖ ਕੇ ਤੁਸੀਂ ਆਪਣੇ ਆਪ ਨੂੰ ਅੱਗੇ ਵਧਾਉਣਾ ਹੈ, ਪਿਛਲਿਆਂ ਨੂੰ ਭੁੱਲ ਕੇ ਅਗਲੀ ਕਲਾਸ ਦਾ ਜਿਹੜਾ ਸਿਲੇਬਸ ਹੈ ਨਾ ਤੁਹਾਡਾ, ਉਸ ਨੂੰ ਯਾਦ ਕਰਨਾ, ਠੀਕ ਹੈ ਨਾ। ਦੇਖੋ ਐਕਸੈਪਟੈਂਸ ਦਾ ਕਾਰਡ ਹੈ, ਪਤਾ ਨਹੀਂ ਕਿਉਂ ਬਾਰ 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 ਆਪਸ਼ਨ 2 ਤੁਹਾਡੀ ਰੀਡਿੰਗ ਕਰਦੇ ਵਕਤ ਨਾ ਮੈਨੂੰ ਬਾਰ ਬਾਰ ਮੇਰੇ ਕੰਨਾਂ ਵਿੱਚ ਆਵਾਜ਼ ਆ ਰਹੀ ਹੈ, 6 ਮੰਥ 6 ਮੰਥ, 6 ਮਹੀਨੇ 6 ਮਹੀਨੇ, ਕੁਛ ਤਾਂ ਹੋਣ ਵਾਲਾ ਹੈ 6 ਮਹੀਨੇ ਦੇ ਵਿੱਚ ਵਿੱਚ। ਜਿਸ ਵੇਲੇ ਵੀ ਤੁਸੀਂ ਇਹ ਮੇਰੀ ਰੀਡਿੰਗ ਦੇਖ ਰਹੇ ਹੋ, ਉਸ ਤੋਂ 6 ਮਹੀਨੇ ਦੇ ਵਿੱਚ ਵਿੱਚ ਕੁਝ ਹੋਏਗਾ, ਇਸ ਤਰ੍ਹਾਂ ਦੀ ਐਨਰਜੀਜ ਆ ਰਹੀਆਂ ਹਨ ਪਾਇਲ ਨੰਬਰ 2। ਸੋ ਇੱਥੇ ਕਾਰਡ ਆਇਆ ਹੈ ਬਿਟਰ ਸਵੀਟ, ਤਾਂ ਦੇਖੋ ਪਾਇਲ ਨੰਬਰ 2 ਜ਼ਿੰਦਗੀ ਵਿੱਚ ਇਹ ਖੱਟਾ ਮਿੱਠਾ ਚੱਲਦਾ ਰਹਿੰਦਾ, ਸੁੱਖ ਦੁੱਖ ਚੱਲਦੇ ਰਹਿੰਦੇ ਹਨ, ਤੇ ਛੋਟੀ ਛੋਟੀ ਚੀਜ਼ਾਂ ਤੋਂ ਨਾ ਤੁਸੀਂ ਹਰਟ ਨਾ ਹੋ ਜਾਇਆ ਕਰੋ, ਪਰੇਸ਼ਾਨ ਨਾ ਹੋਇਆ ਕਰੋ, ਇਹ ਪਰਮਾਤਮਾ ਤੁਹਾਨੂੰ ਕਹਿ ਰਿਹਾ। ਹਰ ਛੋਟੀ ਤੋਂ ਛੋਟੀ ਚੀਜ਼ ਵਿੱਚ ਨਾ ਖੁਸ਼ੀ ਤਲਾਸ਼ ਕਰੋ, ਠੀਕ ਹੈ। ਇਹ ਦੇਖੋ ਇੱਕ ਕਾਰਡ ਨਿਕਲਿਆ ਹੈ ਸਿਲੈਕਸ਼ਨ, ਸਮਝ ਲਓ ਇਹ ਪਤਾ ਮੈਸੇਜ ਹੈ, ਜਿਸ ਵੀ ਪਰਮਾਤਮਾ ਅੱਲਾ ਈਸ਼ਵਰ ਜਿਸ ਨੂੰ ਤੁਸੀਂ ਮੰਨਦੇ ਹੋ ਉਹਨਾਂ ਵੱਲੋਂ ਸਾਫ਼ ਤੌਰ ਤੇ ਪਾਇਲ ਨੰਬਰ 2 ਤੁਹਾਡੇ ਵਾਸਤੇ ਮੈਸੇਜ ਆਇਆ ਹੈ ਕਿ ਚੂਜ਼ ਵਾਈਜ਼ਲੀ, ਓਕੇ। ਸਿਲੈਕਸ਼ਨ ਤੁਸੀਂ ਮਤਲਬ ਜਿਸ ਚੀਜ਼ ਨੂੰ ਵੀ ਸਿਲੈਕਟ ਕਰਦੇ ਹੋ ਨਾ ਉਹ ਚੀਜ਼ ਤੁਹਾਡੀ ਹੋ ਜਾਂਦੀ, ਬਹੁਤ ਵੱਡੀ ਗੱਲ ਹੈ, ਸਮਝੋ। ਪਤਾ ਕਿਸ ਤਰ੍ਹਾਂ, ਜੇਕਰ ਤੁਸੀਂ ਆਪਣੇ ਖੁਸ਼ ਰਹੋਗੇ, ਸਮਝ ਲਓ ਮੈਂ ਐਗਜ਼ਾਮਪਲ ਤੌਰ ਤੇ ਬੋਲ ਰਹੀ ਹਾਂ, ਜੇ ਤੁਸੀਂ ਖੁਸ਼ ਰਹੋਗੇ ਤੁਹਾਨੂੰ ਉਹ ਖੁਸ਼ੀ ਮਿਲ ਜਾਏਗੀ, ਜੇ ਤੁਸੀਂ ਹਮੇਸ਼ਾ ਆਪਣੇ ਆਪ ਨੂੰ ਕੋਸਦੇ ਰਹੋਗੇ ਨਾ ਤਾਂ ਉਹ ਵੀ ਤੁਹਾਨੂੰ ਮਿਲ ਜਾਏਗੀ। ਸੋ ਚੂਜ਼ ਵਾਈਜ਼ਲੀ, ਕਿਉਂਕਿ ਦੇਖੋ ਇੱਥੇ ਕਿਸਮਤ ਦੀ ਗੱਲ ਚੱਲ ਰਹੀ ਸੀ ਤੇ ਕਿਸਮਤ ਦਾ ਹੀ ਕਾਰਡ ਨਿਕਲ ਗਿਆ ਹੈ ਸਿਲੈਕਸ਼ਨ, ਤੇ ਤੁਸੀਂ ਹੀ ਸਿਲੈਕਟ ਕਰਨਾ ਹੈ ਕਿ ਤੁਹਾਨੂੰ ਜ਼ਿੰਦਗੀ ਵਿੱਚ ਕੀ ਚਾਹੀਦਾ ਹੈ, ਤੇ ਬੜੀ ਸਮਝਦਾਰੀ ਦੀ ਇੱਥੇ ਤੁਹਾਨੂੰ ਜ਼ਰੂਰਤ ਹੈ। ਫਰੈਂਡਸ਼ਿਪ, ਓਕੇ, ਦੇਖੋ ਤੁਹਾਡੇ ਵਾਸਤੇ ਹੈ ਮੈਸੇਜ ਕਿ ਦੋਸਤੀ, ਸ਼ਾਇਦ ਤੁਸੀਂ ਦੋਸਤਾਂ ਤੋਂ ਦੂਰ ਭੱਜਦੇ ਹੋ ਆਪਣੇ ਸ਼ਾਇਦ ਪਾਸਟ ਦੇ ਕਰਕੇ, ਹੈ ਨਾ, ਤੁਸੀਂ ਇਕੱਲਾ ਰਹਿਣਾ ਪਸੰਦ ਕਰਦੇ ਹੋ, ਪਰ ਇੱਥੇ ਮੈਸੇਜ ਆ ਰਿਹਾ ਹੈ ਕਿ ਆਪਣੇ ਦੋਸਤ ਬਣਾਓ, ਆਪਣੇ ਦੋਸਤਾਂ ਨਾਲ ਟਾਈਮ ਬਿਤਾਉਣਾ ਸ਼ੁਰੂ ਕਰੋ, ਇੰਜੋਏ ਕਰੋ, ਠੀਕ ਹੈ। ਕੋਈ ਦੋਸਤ ਨਹੀਂ ਹੈ ਨਾ ਤੇ ਪਰਮਾਤਮਾ ਨੂੰ ਹੀ ਆਪਣਾ ਦੋਸਤ ਮੰਨ ਲਓ, ਬੈਸਟ ਫਰੈਂਡ ਤੁਹਾਡਾ ਬਣ ਜਾਣਗੇ, ਉਹ ਤਾਂ ਤੁਹਾਨੂੰ ਐਸਾ ਰਸਤਾ ਦਿਖਾਣਗੇ ਨਾ। ਮੈਂ ਤੁਹਾਨੂੰ ਜਿਸ ਤਰ੍ਹਾਂ ਕਿ ਬਾਰ ਬਾਰ ਕਹਿ ਰਹੀ ਹਾਂ, 6 ਮੰਥ ਦੀ ਮੈਨੂੰ ਇੱਥੇ ਬਾਰ ਬਾਰ ਸੁਣਾਈ ਦੇ ਰਿਹਾ ਹੈ। ਸੋ ਪਾਇਲ ਨੰਬਰ 2 ਬਹੁਤ ਹੀ ਅੱਛੀ ਐਨਰਜੀਜ਼ ਆਈਆਂ ਹਨ, ਬੜੇ ਅੱਛੇ ਐਡਵਾਈਸ ਵੀ ਪਰਮਾਤਮਾ ਵੱਲੋਂ ਤੁਹਾਨੂੰ ਆਏ ਹਨ, ਠੀਕ ਹੈ, ਕੁਝ ਨਾ ਕੁਝ ਤੁਹਾਡਾ ਹੋਏਗਾ, ਇਸ ਤਰ੍ਹਾਂ ਦੀ ਐਨਰਜੀਜ਼ ਆਈਆਂ ਹਨ। ਸੋ ਜੇ ਤੁਹਾਨੂੰ ਅੱਜ ਦੀ ਰੀਡਿੰਗ ਅੱਛੀ ਲੱਗੀ ਹੈ ਤਾਂ ਜ਼ਰੂਰ ਲਾਈਕ ਤੇ ਕਮੈਂਟ ਕਰਕੇ ਜਾਣਾ ਜੀ। ਚਲੋ ਜੀ, ਹੁਣ ਮੈਨੂੰ ਇਜਾਜ਼ਤ ਦਿਓ, ਮਿਲਦੀ ਹਾਂ ਅਗਲੀ ਵੀਡੀਓ ਵਿੱਚ, ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ।